ਹੇਟ ਹੈ ਜੀ ਸੋਸਾਇਟੀਲ ਡੋਰਸ ਬੋਲਦੇ ਨੇ ਹੇਟ ਅੱਛਾ ਉੱਥੇ ਗੇਟ ਖੁੱਲਦੇ ਹਨ ਉਹਨਾਂ ਦੇ ਦੋਸਤੋ ਕੀ ਹਾਲ ਚਾਲ ਹੈ ਮੈਂ ਹੈਗਾ ਦਿਆਕਰਨ ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ ਤੇ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਮੋਡੀਫਿਕੇਸ਼ਨ ਕਸਟਮਾਈਜੇਸ਼ਨ ਤੇ ਬਹੁਤ ਯੂਨਿਕ ਜਿਹੜੇ ਵਲੌਗਸ ਨੇ ਉਹ ਤੁਹਾਨੂੰ ਲੈ ਕੇ ਆਉਂਦੇ ਰਹਿੰਦੇ ਆ ਇਸ ਟਾਈਮ ਅਸੀਂ ਪਹੁੰਚੇ ਹਾਂ ਅਬੋਹਰ ਪਲੈਟਿਨਮ ਆਫ ਰੋਡਰਸ ਕਰਕੇ ਬਾਈ ਹੁਣੀ ਬਹੁਤ ਫੇਮਸ ਨੇ ਪ੍ਰਿੰਸ ਹੁਣੀ ਕੀ ਹਾਲ ਚਾਲ ਹੈ ਬਾਈ ਬਾਈ ਸਤਿ ਸ਼੍ਰੀ ਅਕਾਲ ਥੈਂਕ ਯੂ ਆਨਸਤੇ ਨਹੀਂ ਕੋਈ ਚੱਕਰ ਹੀ ਨਹੀਂ ਬਾਈ ਵਨ ਟਨਸ ਠੀਕ ਹੈ ਜੋਂਗੇਸ ਜਿਹੜੇ ਅੱਜ ਸਾਡੇ ਕੋਲ ਖੜੇ ਨੇ ਠੀਕ ਹੈ ਲੈਂਡ ਕਰੂਜ਼ਰਾਂ ਹੋ ਗਈਆਂ ਲਾਈਕ ਬਹੁਤ ਹੀ ਯੂਨਿਕ ਕੰਟੈਂਟ ਹੁੰਦਾ ਤੁਸੀਂ ਬਾਈ ਕੋਲੋਂ ਥੋੜੇ ਕਰਕੇ ਜਿਹੜੇ ਹੈਗਾ ਤੇ ਮੈਂ ਚਾਹੁੰਨਾ ਕਿ ਥੋੜਾ ਜਿਹਾ ਆਪਣੇ ਬਾਰੇ ਵੀ ਦੱਸਿਆ ਜਾਵੇ ਕਿ ਆਪਾਂ ਕੀ ਕੀ ਕਰਦੇ ਆ ਸ਼ਾਰਟ ਫਾਰਮ ਚ ਥੈਂਕ ਯੂ ਵਿਰੇਤ ਬਹੁਤ ਸ਼ਾਰਟ ਟਾਈਮ ਤੇ ਤੁਹਾਨੂੰ ਬੁਲਾਇਆ ਕਿਉਂਕਿ ਕੁਝ ਗੱਡੀਆਂ ਸੀ ਜੋ ਬਾਹਰ ਜਾਣੀਆਂ ਕੁਝ ਫਾਈਨਲ ਤੇ ਹੈ ਅੱਜ ਸ਼ੋਅ ਕਰਨਾ ਚਾਹੁੰਦੇ ਸੀ ਕਿ ਆਪਾਂ ਇੱਕ ਕਲਾਸ ਪ੍ਰੋਮਿਸ ਕਰਿਆ ਸੀ ਲੈਂਡ ਕਰੂਜ਼ਰਸ ਲਿਆਂਦਾ ਤੇ ਉਹਦੇ ਚ ਕੁਝ ਵਹੀਕਲ ਜੀ ਜਾ ਚੁਕੇ ਬਟ ਦੋ ਕੋ ਵਹੀਕਲ ਆਪਣੇ ਕੋਲ ਅਜੇ ਵੀ ਐਟ ਪ੍ਰੈਸੈਂਟ ਅਵੇਲੇਬਲ ਹੈ ਜੋ ਰੀਸਟੋਰ ਹੋ ਰਿਹਾ ਤੇ ਇੱਕ ਗੱਡੀ ਆਪਣੇ ਕੋਲ ਅੱਲੇ ਪਿੱਛੇ ਵੀ ਖੜੀ ਜੀ ਰੀਸਟੋਰ ਹੋਣੀ ਹੈ ਹੋਣੀ ਹੈ ਆਪਾਂ ਅੱਗੇ ਅੱਜ ਸ਼ੁਰੂ ਕਰਾਂਗੇ ਜੀ ਜੋਂਗਾ ਤੋਂ ਆਪਣੇ ਕੋਲ 1 ਟਾਈਮ ਜੀ ਅਵੇਲੇਬਲ ਹੁੰਦੇ ਆ ਠੀਕ ਹੈ ਵਿਲੀ ਜੀਪ ਆਪਣੇ ਆਪਾਂ ਬਣਾਨੇ ਆ ਠੀਕ ਹੈ ਜੀ ਤੇ ਆਪਾਂ ਹਰ ਤਰ੍ਹਾਂ ਦੇ ਜੋ ਵੀ ਪੁਰਾਣਾ ਵੈਂਟੇਜ ਵਹੀਕਲ ਹੈ ਰਸ਼ੀਅਨ ਹੈ ਚਾਹੇ ਜਰਮਨ ਵਹੀਕਲ ਆ ਰਹੇ ਜੋ ਐਸਯੂਵੀਜ਼ ਗੱਡੀਆਂ ਉਹਨਾਂ ਰੀਸਟੋਰ ਕਰਦੇ ਸਾਰਾ ਕਰਦੇ ਡਿਟੇਲ ਤੁਹਾਨੂੰ ਵਲੌਗ ਦੇਵਾਂਗੇ ਫਿਲਹਾਲ ਸਾਡੇ ਕੋਈ ਰੈਡੀ ਸਟਾਕ 'ਚ ਖੜੇ ਨਹੀਂ ਨੇ ਕਿ ਰੈਡੀ ਕੀਤੇ ਹੋਏ ਬਾਈ ਨੇ ਗਰਾਜ ਨਾਲ ਹੀ ਅਗਲੇ ਬੰਨੇ ਨਾਲ ਹੀ ਗਰਾਜ ਆ ਤੁਹਾਨੂੰ ਗਰਾਜ ਵੀ ਦਿਖਾਵਾਂਗੇ ਵੀ ਕੀ ਕੀ ਹੋਰ ਚੱਲ ਰਿਹਾ ਹੈ 110 ਸਾਡੇ ਕਿੰਨੇ ਤਿਆਰ ਹੋ ਰਹੇ ਨੇ ਚੌਂਗੇ ਕਿੰਨੇ ਹੋ ਰਹੇ ਨੇ ਜੌਂਗੇ ਵੀ ਸਪੈਸ਼ਲ ਤਿਆਰ ਕਿਸੇ ਦੀ ਕੋਈ ਡਿਟੇਲਸ ਜਾਂ ਕਿਸੇ ਦੀ ਕੋਈ ਇਨਕੁਆਇਰੀ ਕਿਸੇ ਨੇ ਕੋਈ ਬਾਇ ਕਰਨੀ ਹੈ ਚੀਜ਼ ਰੀਸਟੋਰ ਕਰਨੀ ਹੈ ਤੁਸੀਂ ਪ੍ਰਿੰਸ ਬਾਈ ਨੂੰ ਕਾਲ ਕਰ ਸਕਦੇ ਹੋ ਨੰਬਰ ਥੱਲੇ ਚੱਲ ਰਹੇ ਨੇ ਵਟਸਐਪ ਕਰ ਸਕਦੇ ਹੋ ਬਾਕੀ ਜ਼ਿਆਦਾ ਅਪਡੇਟਸ ਵਾਸਤੇ ਬਾਈ ਨੂੰ ਉਹਨਾਂ ਦਾ ਇੰਸਟਾਗ੍ਰਾਮ ਤੁਸੀਂ ਫ ਕੰਪਨੀਆਂ ਜਿਹਦੇ ਵਿੱਚ ਕਿ ਬਹੁਤ ਵੱਡੀ ਕੈਟਲੌਗ ਆ ਤੁਸੀਂ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਦਾ ਸਪੇਅਰ ਪਾਰਟ ਬਾਏ ਕਰ ਸਕਦੇ ਹੋ ਆਪਣੇ ਘਰੇ ਬੈਠੇ ਜਸਟ ਤੁਹਾਨੂੰ ਉਹਦੀ ਐਪਲੀਕੇਸ਼ਨ ਤੇ ਜਾਂ ਤੁਹਾਨੂੰ ਵੀਬਸਾਈਟ ਤੇ ਜਾ ਕੇ ਤੁਸੀਂ ਉੱਥੇ ਉਹਨਾਂ ਦੀ ਆਪਸ਼ਨ ਖੋਲ ਲੈਣੀ ਹੈ ਉੱਥੇ ਤੁਸੀਂ ਜਿਹੜੀ ਗੱਡੀ ਦਾ ਤੁਸੀਂ ਪਾਰਟ ਚਾਹੁੰਦੇ ਹੋ ਉਹ ਅਵੇਲੇਬਲ ਤੁਹਾਨੂੰ ਉੱਥੇ ਦੇਖ ਲੈਣਾ ਵੀ ਹੈਗਾ ਕਿਹੜੇ ਮਾਡਲ ਹੈ ਕੀ ਸਿਸਟਮ ਹੈ ਤੁਹਾਨੂੰ ਕਿਹੜਾ-ਕਿਹੜਾ ਚਾਹੀਦਾ ਸਾਰਾ ਉੱਥੇ ਸ਼ੋਅ ਹੋ ਜਾਊਗਾ ਤੇ ਤੁਸੀਂ ਉਹਨੂੰ ਆਰਡਰ ਕਰ ਸਕਦੇ ਹੋ ਬੜੇ ਈਜ਼ੀ ਤਰੀਕੇ ਨਾਲ ਤੁਹਾਡੇ ਘਰੇ ਜਾਂ ਤੁਹਾਡੇ ਗਰਾਜ ਵਿੱਚ ਵੀ ਇਹ ਚੀਜ਼ ਆ ਸਕਦੀ ਹੈ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਈਸ ਕੰਪੈਰੀਜ਼ਨ ਵੀ ਵੀ ਕਰ ਸਕਦੇ ਹੋ ਵਿਦਰ 10 ਡੇਸ ਤੇ ਉਹਦੀ ਤੁਹਾਡੀ ਪ੍ਰਾਈਸ ਵਗੈਰਾ ਜਿਹੜੀ ਪੈਸੇ ਤੁਹਾਡੇ ਅਕਾਊਂਟ ਚ ਵਾਪਸ ਵੀ ਆ ਜਾਣਗੇ ਤੇ ਆਈਓਐਸ Android ਤੇ ਸਾਰੇ ਕਿਤੇ ਇਹ ਅਵੇਲੇਬਲ ਆ ਤੁਸੀਂ ਉਹਦੀ ਐਪਲੀਕੇਸ਼ਨ ਡਾਊਨਲੋਡਸ ਕਰਕੇ ਸਰਵਿਸਿਜ਼ ਲੈ ਸਕਦੇ ਹੋ ਤੇ ਬਹੁਤ ਹੀ ਵਧੀਆ ਮੀਡਾ ਤੁਸੀਂ ਇਹਦਾ ਫਾਇਦਾ ਲਿਓਗੇ ਸਾਰੇ ਤੇ ਦੋਸਤੋ ਆਪਾਂ ਕਰਦੇ ਆਂ ਜੋਂਗੇ ਦਾ ਸ਼ੁਰੂ ਸਾਰਨੋਂ ਪਹਿਲਾਂ ਕਿ ਮੈਂ ਵੀ ਕਲੀਅਰ ਕਰਦਾ ਕਿ ਇਹ ਜੋਂਗਾ 1 ਟਨ ਨਹੀਂ ਹੈਗਾ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ ਹੁੰਦੀ ਹੈ ਇਹ ਨਿਸਾਨ ਜੋਂਗਾ G60 ਮਾਡਲ ਹੈ ਤੇ ਜੋ 1 ਟਨ ਹੁੰਦਾ ਉਹ ਨਿਸਾਨ 4W73 ਹੁੰਦਾ ਇਹ 4x4 ਵਿੱਚ ਹੀ ਆਏ ਸੀਗੇ ਤੇ ਆਪਣਾ ਸਿਵਲ ਵਹੀਕਲ ਤੇ ਮਿਲਟਰੀ ਕੋਲ ਦੋਨੋਂ ਕੋਲਾਈ ਸੀ ਭਾਈ ਪਹਿਲੇ ਜਗਾ ਤੁਸੀਂ ਦੇਖ ਸਕਦੇ ਹੋ ਇਹਦਾ ਟਾਇਰ ਸਾਈਜ਼ ਬਹੁਤ ਜ਼ਬਰਦਸਤ ਹੁੰਦਾ ਆਈ ਥਿੰਕ ਪ੍ਰਿੰਸ ਭਾਈ ਆਪਾਂ ਇਹਨੂੰ 916 ਪਾਇਆ 916 ਟਾਇਰ ਪਾਣੇ ਆਪਾਂ ਤੇ ਆਪਾਂ ਜਿਆਦਾ ਵੀਡੀਓ ਜਿਆਦਾ ਲੰਬੀ ਨਹੀਂ ਕਰਾਂਗੇ ਕਿਉਂਕਿ ਆਪਣਾ ਵਹੀਕਲ ਥੋੜੇ ਜ਼ਿਆਦਾ ਹੈ ਜਿਆਦਾ ਨਹੀਂ ਹਾਂ ਤੇ ਅੱਜ ਆ ਜੋਂਗਾ ਆਪਣੇ ਕੋਲੋਂ ਅਬਿਲੀ ਜੀਪ ਹੈ অন ਆਰਡਰ ਬੇਸ ਤੇ ਰੈਡੀ ਹੋਈ ਹੈ ਹਾਂ ਤੇ ਆਪਣੇ ਕਸਟਮਰ ਨਿਊਜ਼ੀਲੈਂਡ ਤੋਂ ਹੈ ओके okay. नेक्स्ट वीक ਤੱਕ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਾਂਗੇ ਭੇਜਨ ਦਾ ਅਜੇ ਥੋੜਾ ਬਹੁਤ ਫਾਈਨਲ ਹੋਣੀ ਹੈ ਗੱਡੀਆਂ ਠੀਕ ਹੈ ਪਰ ਉਹ ਤੋਂ ਪਹਿਲਾਂ ਬਾਈ ਅਸੀਂ ਸ਼ੁਰੂ ਕਰਦੇ ਹਾਂ ਜੋਂਗੇ ਦੇ ਉੱਤੇ ਜੇ ਇਹ ਸਾਰੇ ਜੋਂਗੇ ਦੀ ਫਰੰਟ ਲੁੱਕ ਆ ਜਾਂਦੀ ਹੈ ਇਹ ਆਉਂਦਾ ਓਪਨ ਦੇ ਵਿੱਚ ਸੀ ਬਸ ਪ੍ਰਿੰਸ ਬਾਈ ਨੇ ਇਹਨੂੰ ਕਵਰ ਕਰਕੇ ਹਾਰਟ ਟਾਪ ਕਰਤਾ ਜੀ ਸੈਮੀ ਹਾਰਟ ਟਾਪ ਕੀਤਾ ਮੈਟਲ ਸੈਮੀ ਹਾਰਟ ਟਾਪ ਕਰਿਆ ਜੀ ਉਹਦੇ ਵਿੱਚ ਕੀ ਹੁੰਦਾ ਕਿ ਕਸਟਮਰ ਅਗਰ ਕੱਲ ਨੂੰ ਰਿਮੂਵ ਕਰਨਾ ਤਾਂ ਪੇਂਟ ਖਰਾਬ ਨਹੀਂ ਹੁੰਦਾ ਨਹੀਂ ਹੁੰਦਾ ਤੇ ਬਾਈ ਬੰਪਰ ਸਿੰਪਲ ਲੱਗਿਆ ਹੈ ਰਾਜਸਥਾਨ ਨੰਬਰ ਰਜਿਸਟਰਡ ਹੈ ਠੀਕ ਹੈ ਪ੍ਰੋਪਰ origignal ਟਾਈਪ ਚ ਹੀ ਹੈ ਸੀ ਰੀਸਟੋਰ ਹੋ ਸਾਰਾ ਗਰਾਜ ਆ ਤੁਹਾਨੂੰ ਉਹ ਵੀ ਦਿਖਾ ਦਾਂਗੇ ਅਸੀਂ ਨਾਲ ਹੀ ਹੁਣੇ ਤੇ ਇਹਦੀਆਂ ਲਾਈਟਸ ਵਗੈਰਾ ਉਹੀ ਆਉਂਦੀਆਂ ਨੇ सस्पेंशन ਇਹਦੇ ਵਿੱਚ ਬਾਈ ਨੇ ਉਹੀ ਰੱਖੀ ਆ ਠੀਕ ਹੈ ਸ਼ੀਸ਼ੇ ਤੱਕੇ ਦੇ ਉਹੀ ਰੱਖੇ ਨੇ ਇਹ ਮੈਨੂੰ ਉੱਚਾ ਲੱਗ ਰਿਹਾ ਥੋੜਾ ਜਿਹਾ ਇਹ ਸਾਈਜ਼ ਇਹ ਟਾਇਰ ਕਰਕੇ ਉੱਚਾ ਲੱਗ ਰਿਹਾ ਆਪਣਾ ਅੱਛਾ ਤਾਂ ਉੱਚਾ ਲੱਗ ਰਿਹਾ ਠੀਕ ਹੈ ਤੇ ਬਾਈ ਤੁਸੀਂ ਇਹਨੂੰ ਪਿੱਛੋਂ ਦੇਖ ਸਕਦੇ ਹੋ ਸਾਰਾ ਇਹ ਸਾਈਡ ਦੇ ਉੱਤੋਂ ਠੀਕ ਹੈ ਇਹ ਸਾਈਡ ਦੀ ਲੁੱਕ ਇਹ ਆਉਂਦੀ ਹੈ ਮੇਰੇ ਸਾਹ ਨਾਲ ਕਸਟਮਰ ਨੇ ਆਪਣੇ ਹਿਸਾਬ ਨਾਲ ਹੁੱਡ ਵੀ ਉੱਚੀ ਕਰਾਈ ਆ ਉਹਦਾ ਹਾਈਟ ਜ਼ਿਆਦਾ ਹਾਈ ਰਿਡਰ ਦੀ 6.2 6.3 3 ਦੇ ਆਰਾਊਂਡ ਉਹਨਾਂ ਦੀ ਹਾਈਟ ਚਾ ਤਾਂ ਕਰਕੇ ਜਿਆਦਾ ਕਰਾਇਆ ਤੇ ਪਿੱਛੇ ਰਿਟਾਇਰ ਦਿੱਤਾ ਹੈ ਪਰ ਤੁਹਾਨੂੰ ਅੰਦਰੋਂ ਵੀ ਥੋੜਾ ਦਿਖਾ ਦਿੰਨੇ ਆਂ ਅਸੀਂ ਬਈ ਦਾ ਅੰਦਰੋਂ ਵੀ ਥਿਊ ਦਿਖਾ ਦਿੰਨੇ ਆਂ ਇਹ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਬਹੁਤ ਹੀ ਸੋਹਣਾ ਤਿਆਰ ਹੋਇਆ ਹੈ ਸੈਮੀ ਲੈਦਰ ਇਹਨੂੰ ਆਪਾਂ ਕਹਿੰਦੇ ਆ ਉਹ ਬਾਈ ਹੁਣ ਲੈਦਰ ਯੂਜ਼ ਕੀਤਾ ਹੈ ਠੀਕ ਹੈ ਪਾਵਰ ਵਿੰਡੋਸ ਵਗੈਰਾ ਪਾਵਰ ਬ੍ਰੇਕਸ ਇਹਦੇ ਵਿੱਚ ਆਉਣ ਲੱਗ ਗਈਆਂ ਸੀਟਸ ਵਗੈਰਾ ਬਾਈ ਦੀਆਂ ਥੋੜੀਆਂ ਬਕਿਟਸ ਟਾਈਪ ਨੇ ਥੋੜਾ ਸਾਫ਼ ਕਰਨ ਵਾਲਾ ਕਿਉਂਕਿ ਮੈਂ ਰੈਂਡਮ ਇਕਦਮ ਹੀ ਅਸੀਂ ਆ ਗਏ ਸਾਰੇ ਛੱਤ ਜਿਹੜੀ ਹੈ ਦੀ ਤੁਸੀਂ ਦੇਖ ਸਕਦੇ ਹੋ ਸੈਮੀ ਲੈਦਰ ਨਾਲ ਰੈਪ ਕੀਤੀ ਗਈ ਹੈ ਪਿਛਲੀਆਂ ਸੀਟਸ ਜਿਹੜੀਆਂ ਨੇ ਉਹ ਇੱਧਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਤਲਬ ਕਿ ਏਸੀ ਵਗੈਰਾ ਦੀ ਫੈਸਿਲਿਟੀ ਵੀ ਬਾਈ ਹੁਣਾਂ ਦੇ ਵਿੱਚ ਦਿੱਤੀ ਐਂਡਰੋਇਡ ਪਲੇਅਰ ਦਿੱਤਾ origignal ਡੈਸ਼ਬੋਰਡ ਇਹਦੇ ਵਿੱਚ ਯੂਜ਼ ਹੋਇਆ ਮਤਲਬ ਕਿ ਥਾਰ ਵਾਲਾ ਨਹੀਂ ਲਾਇਆ origignal ਡੈਸ਼ਬੋਰਡ ਦੇ ਵਿੱਚ ਯੂਜ਼ ਹੋਇਆ ਠੀਕ ਹੈ ਬਾਕੀ ਇਹ ਅੰਦਰੋਂ ਤੁਸੀਂ ਦੇਖ ਸਕਦੇ ਹੋ ਥੋੜੇ ਬੋਤੇ ਕੰਮ ਅਜੇ ਚੱਲੀ ਜਾਂਦੇ ਨੇ ਠੀਕ ਹੈ ਇਧਰੋਂ ਤੁਸੀਂ ਪਿੱਛ ਕਸਟਮਰ ਡਿਮਾਂਡ ਸੀ ਕੋ ਟਾਇਰ ਦੀ ਨਾਲ ਥੋੜਾ ਜੈਰੀਕਨ ਆਏਗਾ ਤੇ ਉਹਨਾਂ ਨੇ ਆਪ ਹੀ ਆ ਰਜਿਸਟ੍ਰੇਸ਼ਨ ਕਰਾਈਏ ਕਿਉਂਕਿ ਛੋਟਾ ਨੰਬਰ ਸੀ ਉਹਨਾਂ ਨੇ ਆਪ ਹੀ ਕਰਾਇਆ ਆਪ ਹੀ ਕਰਾਇਆ ਪਿੱਛੇ ਬਾਲ ਹੁੱਕ ਦਿੱਤੀ ਹੋਈ ਆ ਬਾਈ ਤੇ ਸੇਮੇ 4x4 ਹੈ 2 ਵੀਲ ਹੈ ਇਹ 2 ਵੀਲ ਹੈ ਇਹ ਇੰਜਨ ਕਿਹੜਾ ਰੱਖਿਆ ਆਪਾਂ ਐਂਡ ਐਚ ਸੀ ਆਰ ਡੀ ਇੰਜਨ ਹੈ ਸੀ ਆਰ ਡੀ ਇੰਜਨ ਠੀਕ ਹੈ ਇੱਧਰ ਬਾਈ ਗੱਲ ਆ ਜਾਂਦੀ ਹੁਣ ਬਿੱਲੀ ਜੀਪ ਬਿੱਲੀਆਂ ਆਪਾਂ ਵੈਸੇ ਘੱਟ ਤਿਆਰ ਕਰਦੇ ਆ ਹਾਂ ਕਿਉਂਕਿ ਪਤਾ ਕੀ ਹੈ ਜੀ ਆਪਾਂ origignal ਛੋਟ ਚੈਸੀਸ ਤੇ ਹੀ ਕੰਮ ਕਰਦੇ ਆ ਠੀਕ ਹੈ ਆਪਣੇ ਕੋਲ ਜਿੰਨੀ ਵੀ ਗੱਡੀਆਂ ਸਾਰੀਆਂ origignal ਚੈਸੀ ਕੋਈ ਵੀ ਕਟਿੰਗ ਵਾਲੀ ਜੈਸੀ ਆਪਾਂ ਯੂਜ਼ ਨਹੀਂ ਕਰਦੇ ਠੀਕ ਹੈ ਇਹ ਕਿੱਥੇ ਜਾਣੀ ਹੈ ਗੱਡੀ ਇਹ ਨਿਊਜ਼ੀਲੈਂਡ ਜਾ ਰਹੀ ਹੈ ਕਸਟਮਰ ਪੰਜਾਬ ਦੇ ਹੀ ਹੈ ਬਟ ਇਹਨੂੰ ਬਾਹਰ ਲੈ ਕੇ ਜਾ ਰਹੇ ਹਾਂ ਲਾ ਆਪਾਂ ਹੁਣ ਬਿੱਲੀ ਜੇ ਕਿਸੇ ਨੂੰ ਬਾਹਰ ਚਾਹੀਦੀ ਉਹ ਵੀ ਦੇਣ ਲੱਗ ਗਏ ਠੀਕ ਹੈ ਇਹ ਵੀ ਚੀਜ਼ ਬਾਈ ਤੁਸੀਂ ਧਿਆਨ ਰੱਖ ਸਕਦੇ ਹੋ ਪ੍ਰਿੰਸ ਬਾਈ ਕੋ ਤੁਸੀਂ ਇਹ ਚੀਜ਼ਾਂ ਵੀ ਲੈ ਸਕਦੇ ਹੋ ਟਾਇਰ ਸਾਈਜ਼ ਬਾਈ ਇਹਦਾ ਹੈਗਾ 616 ਠੀਕ ਹੈ ਪਲੱਸ ਤੁਹਾਨੂੰ ਅੰਦਰ ਰੈਪਟਰ ਕੋٹنگ ਇਹਦੇ ਸਾਰੇ ਅੰਦਰ ਮਿਲ ਜੂਗੀ ਠੀਕ ਹੈ ਜਿਹੜੀ ਕਿ ਬਹੁਤ ਵਧੀਆ ਚੀਜ਼ ਹੈ ਰੈਪਟਰ ਕੋਟਿੰਗ ਨਾਲ ਥਾੜਾ ਸ਼ੈੱਲ ਜਿਹੜਾ ਖਰਾਬ ਨਹੀਂ ਹੁੰਦਾ ਤੇ ਇਹ ਬਹੁਤ ਹੀ ਸੋਹਣੀ ਤਿਆ ਕਲਰ ਦੇ ਨਾਲ ਤੇ ਅੰਦਰੋਂ ਸਾਰਾ ਇਹਦਾ ਪੋਸ਼ਿੰਗ ਵਗੈਰਾ ਹੋਈ ਆ ਤੁਹਾਨੂੰ ਸਾਰੀਆਂ ਪਲੇਟਸ ਇਹਦੇ ਅੰਦਰ ਮਿਲ ਜਾਣਗੀਆਂ ਠੀਕ ਹੈ ਪਲੱਸ ਮੀਟਰਸ ਤੁਹਾਨੂੰ ਇਹਦੇ ਅੰਦਰ ਮਿਲ ਜਾਣਗੇ ਠੀਕ ਹੈ ਟੂ व्हीਲ ਹੈ ਇਹ ਤੇ ਵਿਲੇਜ ਦੇ ਲੋਗੋ ਲੱਗੇ ਹੋਇਆ ਫਰੰਟ ਤੋਂ ਇਹ ਸਾਰੀ ਲੋਕਾਂ ਦੀ ਸ਼ੀਸ਼ੇ ਦੇ ਗ੍ਰੀਨ ਸ਼ੇਡ ਕਿਉਂ ਮਾਰ ਰਹੇ ਪ੍ਰਿੰਸ ਭਾਈ ਆ ਟਿੰਟਡ ਹੈ ਗਲਾਸ ਇਹ ਟਿੰਟਡ ਗਲਾਸ ਨਹੀਂ ਨੋਰਮਲ ਗਲਾਸ ਨਹੀਂ ਹੈ ਟਿੰਟਡ ਇਹਦੇ ਵਿੱਚ ਇੰਜਨ ਕਿਹੜਾ ਫਿਰ ਐਜ਼ ਏ 2.6 ਐਚ ਐਨ ਡਰਾਈਵ ਅੱਛਾ ਠੀਕ ਹੈ ਮਤਲਬ ਇੱਕ ਆਪਾਂ ਇੱਕ ਚੀਜ਼ ਆਪਾਂ ਇਹ ਵੀ ਹਾਂ ਦੱਸ ਸਕਦੇ ਨਾਲ ਪੇ ਤੇ ਇੰਜਨ ਕਿਹੜਾ ਹੈ ਤੇ ਦੂਜੀ ਗੱਲ ਪ੍ਰਿੰਸ ਭਾਈ ਇੱਕ ਚੀਜ਼ ਨਾਲ ਰੇ अच्छा ये चेन ड्राइव स्कॉर्पीओ वाला है जी ये मेरा पहला व्लॉग होगा मेरेच आप ये इंजन दिखा रहे हैं हां क्या पता है भाई है ये चीज भी होगी ਤੁਸੀਂ ਇੰਜਨ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਰਖਵਾ ਸਕਦੇ ਬਿਲਕੁਲ ਜੋ ਮਰਜ਼ੀ ਰਖਵਾ ਸਕਦੇ ਬਟ ਐਕਸਾਈਜ਼ ਵੀ ਹੁੰਦਾ ਇਹ ਨੇ ਕਲੀਅਰ ਕਰਤਾ ਇਸ ਕਰਕੇ ਇਹ ਆਪਣੇ ਸਾਰਾ ਤੁਸੀਂ ਤਿਆਰ ਕਰਵਾ ਸਕਦੇ ਹੋ ਕੀ ਸਿਸਟਮ ਹੈ ਉਹ ਸਾਰਾ ਹੋ ਸਕਦਾ ਹੈ ਇਧਰ ਜਿਹੜੀ ਆ ਗਈ ਹੁਣ ਸਭ ਤੋਂ ਫੇਮਸ ਗੱਡੀ ਕਹਿੰਦੇ ਹੁੰਦੇ ਹੁੰਦੀ ਹੈ ਬਹੁਤ ਲਿਮਟਿਡ ਐਡੀਸ਼ਨਸ ਇਸ ਟਾਈਮ ਬਚਿਆ ਇਹ ਬਾਈ ਨੇ ਪਤਾ ਨਹੀਂ ਹੁਣ ਸੇਲ ਲਈ ਰੱਖੀ ਹੈ ਕਿ ਰੀਸਟੋਰ ਕੀਤੀ ਹੈ ਕੀ ਸਿਸਟਮ ਹੈ ਪ੍ਰਿੰਸ ਬਾਈ ਇਹ ਜੀ ਅਸੀਂ ਪਹਿਲੇ ਤਾਂ ਲਾਸਟ ਆਫ ਦੇ ਵਲੌਗ ਕਿਆ ਸੀਗਾ ਕਿ ਲੈਂਡ ਕਰੂਜ਼ਰਸ ਆਣਗੀਆਂ ਠੀਕ ਹੈ ਉਹਨਾਂ ਚੋਂ ਇੱਕ ਗੱਡੀ ਆ ਇਹ 92 ਮਾਡਲ ਹੈ ਠੀਕ ਹੈ 6 ਸਿਲੰਡਰ ਡੀਜ਼ਲ ਹੈ ਓਕੇ ਇਹ 4/4 ਹੈ ਗੱਡੀ ਕਿਆ ਬੋਲਦੇ ਹੋ ਹਮੇ ਲੈਂਡ ਕਰੂਜ਼ਰ 4/4 ਹੀ ਆਈਆਂ ਸੀ ਅੱਛਾ ਤੇ ਇੰਨੀ ਸਾਫ਼ ਹੈ ਇਹਨੂੰ ਆਪਾਂ ਪੇਂਟ ਵਗੈਰਾ ਵੀ ਕੀਤਾ ਕਿ ਕੁਝ ਨਹੀਂ ਕਰਿਆ 올 ओरिजिनल ਵਹੀਕਲ ਆ 올 ओरिजिनल ਠੀਕ ਹੈ ਇੱਕ ਬਾਈ ਮੈਂ ਇਹ ਵੀ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਸਨੈਪਚੈਟ ਤੇ ਸਟੋਰੀ ਪਾਈ ਸੀ ਤੇ ਘੜੋਂ ਘੜ ਤੁਸੀਂ ਬਹੁਤ ਸਾਰੇ ਲੋਕਾਂ ਨੇ ਸਕਰੀਨਸ਼ਾਟ ਲਏ ਸੀ ਉਹ ਪ੍ਰਿੰਸ ਬਾਈ ਦੀ ਗੱਡੀ ਸੀਗੀ ਤੇ ਇਸ ਕਰਕੇ ਇਹ ਬਾਈ ਨੇ ਨਾਟ ਫਾਰ ਸੇਲ ਆ ਮੇਰੇ ਹਿਸਾਬ ਨਾਲ ਤੇ ਬਾਕੀ ਪਤਾ ਨਹੀਂ ਬੰਨ ਬਣੇ ਤੇ ਵੇਚ ਵੀ ਸਕਦਾ ਬਾਈ ਤੇ ਬਹੁਤ ਸਾਫ ਕੰਡੀਸ਼ਨ ਟਾਇਰ ਸਾਈਜ਼ ਕਿਹੜਾ ਰੱਖਿਆ ਫਿਰ 33 ਇੰਚਸ ਆਫ ਟਾਇਰ ਹੁਣ 33 ਨੰਬਰ ਬਾਈ ਨੂੰ ਟਾਇਰ ਪਿਆ ਹੋਇਆ ਸਾਰੀ ਆਲ origignal ਹੈ ਠੀਕ ਹੈ ਤੁਸੀਂ ਹਾਲ ਤੇ ਦੀ ਗੱਡੀ ਦੀ ਦੇਖ ਹੀ ਸਕਦੇ ਹੋ ਅੰਦਰੋਂ ਵੀ ਤੁਹਾਨੂੰ ਥੋੜੀ ਦਿਖਾ ਦਿੰਦੇ ਆ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਮਤਲਬ ਕਿ ਪ੍ਰੋਪਰ ਜਿਹੜੀ ਹੈ ਸਾਰਾ ਡੈਸ਼ਬੋਰਡ ਵਗੈਰਾ ਵੀ ਹੈਗਾ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਸ਼ਾਸ਼ੂਤ ਵੀ ਦੀ ਸਾਰੀ ਦੇਖ ਸਕਦੇ ਹੋ ਇਹ ਇਦਾਂ ਦੀਆਂ ਗੱਡੀਆਂ ਵੀ ਜੇ ਤੁਹਾਨੂੰ ਚਾਹੀਦੀਆਂ ਤੁਸੀਂ ਪ੍ਰਿੰਸਪਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਉਹ ਹੀ ਪ੍ਰੋਵਾਈਡ ਕਰ ਦੇਣਗੇ ਇਹ ਇਹਦੀ ਬੈਕ ਸਾਈਡ ਤੋਂ ਲੁੱਕ ਆਉਂਦੀ ਆ ਸਾਰੀ ਪ੍ਰਿੰਸਪਾਈ ਪਿੱਛੇ ਲਾਇਆ ਫਿਰ ਪਹਿਲਾਂ ਸੀਗਾ ਕਿ ਆਪਾਂ ਦਿੱਤਾ ਨਹੀਂ ਆਪਾਂ ਹਰ ਗੱਡੀ ਦੇ ਵਿੱਚ 5th ਲਾਇਅ ਦੇ ਨਹੀਂ ਦਿੰਨੇ ਆ ਜੀ ਦਿਨੇ ਦਿਨੇ ਹਾਂਜੀ ਪੰਜਵਾਂ ਟਾਇਰ ਤੇ ਰਿਮ ਨਾਲ ਦਾ ਹੀ ਹੁੰਦਾ ਹੈ ਕਦੇ ਇਸ ਨਾਲ ਇਹ ਰਿਮ ਨਹੀਂ ਰੱਖਦੇ ਓਕੇ ਇਹਦੀ ਵਿੰਡੋਜ਼ ਵੀ ਇਦਾਂ ਹੀ ਖੁੱਲਦੀਆਂ ਲੱਗਦੀਆਂ ਦੋਵੇਂ ਪਾਰੀ ਤੇ ਬਤਵਾਜਾ ਟਾਈਪ ਹਨਾ ਪਿੱਛੇ ਹੁੱਕ ਵਗੈਰਾ ਵੀ ਲੱਗੀ ਹੋਈ ਹੈ ਹੁਣ ਇੱਧਰ ਫੇਰ ਇੱਕ ਵਿਲੇਜ ਆ ਗਈ ਇਹ ਜਸਟ ਕਲਰ ਚੇਂਜ ਹੈ ਕਿਥੇ ਖੋਰ ਫਰਕ ਜੋ ਪਹਿਲੇ ਵਾਲੀ ਵਿਲੀਜ ਦੇ ਵੀ ਓਨਰ ਸੇਮ ਹੈ ਤੇ ਇਹ ਵਾਲੀ ਸੇਮ ਹੀ ਓਨਰ ਹੈ ਇੱਕੋ ਕਰ ਚ ਜਾ ਰਹੀਆਂ ਗੱਡੀਆਂ ਇੱਕੋ ਕਰ ਚ ਜਾ ਰਹੀਆਂ ਹਾਂਜੀ ਇਹ ਵੀ ਬਾਈ ਤੁਸੀਂ ਦੇਖ ਸਕਦੇ ਹੋ ਸਾਰਾ ਸਿਸਟਮ ਜਿਹੜਾ ਹੈਗਾ ਇਹ ਵੀ ਇਹਦੇ ਵੀ وہی 616 ਨੰਬਰ ਦੇ ਟਾਇਰ ਲੱਗਿਆ ਹੋਇਆ ਠੀਕ ਹੈ ਕਲਰਸ ਚੇਂਜ ਆ ਬੈਲਟਾਂ ਵਗੈਰਾ ਸਾਰੀਆਂ ਸੀਟਸ ਜਿਹੜੀਆਂ ਨੇ ਇੰਟੀਰੀਅਰ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਜਿਹੜਾ ਵੀ ਤੁਸੀਂ ਜਾਓ ਜਿਹੜੇ ਕਲਰ ਦਾ ਵੀ ਹੁੱਡ ਵਗੈਰਾ ਦੀ ਓਪਨ ਵੀ ਹੋ ਜਾਂਦੀ ਹੈ ਠੀਕ ਹੈ origignal shape ਦੇ ਵਿੱਚ ਇਹ ਵਿਲੀਜ ਆ ਇਹ ਬਾਈ ਨਵੀਆਂ ਨਹੀਂ ਆਉਂਦੀਆਂ ਪਹਿਲਾਂ ਦੱਸ ਦਈਏ ਸਾਰੀਆਂ ਤਿਆਰ ਹੁੰਦੀਆਂ ਹਨਾ ਇਹਨੂੰ ਆਪਾਂ ਕਿੰਨੇ ਐਮ ਐਮ ਚਾਦਰ ਵਗੈਰਾ ਯ A14 16 ਇਹ ਚ ਰੈਡੀ ਹੁੰਦੀ ਹੈ ਮਿਕਸਰ ਚ ਹੁੰਦੀ ਹੈ ਮਿਕਸਰ ਚ ਹੁੰਦੀ ਹੈ ਤੇ ਇਹਦੇ ਵਿੱਚ ਇੰਜਨ ਜਿਹੜਾ ਰੱਖਿਆ ਸੇਮ ਇਹਦੇ ਚ ਵੀ 2.6 ਸਕੋਰਪੀਆ ਸੇਮ ਹੀ ਸਕੋਰਪੀਆ ਇੰਜਨ ਹੈ ਤੇ ਭਾਈ ਇਹ ਵੀ ਬਹੁਤ ਹੀ ਸੋਹਣੀ ਤਿਆਰ ਹੋਈ ਹੋਈ ਹੈ ਹੁਣ ਇੱਕ ਬਾਈ ਹੁਣਾਂ ਕੋਲੇ ਹੋਰ ਜੋਂਗਾ ਆ ਗਿਆ ਠੀਕ ਹੈ ਇਹਦਾ ਇਹ ਥੋੜਾ ਜਿਹਾ ਉਧਰੋਂ ਉੱਚਾ ਘਟਾ ਪਰ ਹੈਗਾ ਇਹ ਵੀ ਸੈਮੀ ਹਾ ਟਾਪ ਹੈ ਇਹ ਸੇਮ ਹੀ ਮਾਡਲ ਹੈ ਜੀ ਬਟ ਆ 4/4 ਹੈ ਠੀਕ ਹੈ ਤੇ ਇਹਦੇ ਚ ਵੀ 2.6 ਹੀ ਹੈ ਕਿ ਚਾ ਇਹਦੇ ਚ ਵੀ ਉਹੀ ਹੈ ਕਿਆ ਬਾਤ ਹੈ ਬਈ ਇਹਦੇ ਵੀ ਟਾਇਰ ਸਾਈਜ਼ ਸੇਮ ਹੈ ਬੀਕੇਡੀ ਦੇ ਟਾਇਰ ਪਏ ਹੋਇਆ ਇਹਨੂੰ ਠੀਕ ਹੈ ਪਲੱਸ ਤੁਸੀਂ ਫਰੰਟ ਦੀ ਲੁੱਕ ਦੇਖ ਸਕਦੇ ਹੋ ਸਾਰੀ ਪ੍ਰਾਈਸ ਲਈ ਬਾਈ ਤੁਸੀਂ ਬਾਈ ਨੂੰ ਫੋਨ ਕਰ ਲਿਓ ਕਾਲ ਕਰ ਲਿਓ ਤੁਹਾਨੂੰ ਪਤਾ ਲੱਜੂ ਵੀ ਕਿੰਨੇ ਕ ਦਾ ਹੁੰਦਾ ਹਾਂਜੀ ਕਿਉਂਕਿ ਭਾਈ ਅਸੀਂ ਹਰ ਇੱਕ ਚੀਜ਼ ਦੇ ਪ੍ਰਾਈਸ ਉੱਪਰ ਥੱਲੇ ਹੁੰਦੇ ਰਹਿੰਦੇ ਤੁਸੀਂ ਕਈ ਬੰਦੇ ਵਲੌਗ ਹੁਣ ਦੇਖ ਰਹੇ ਹੋਵੋਗੇ ਕੋਈ ਆਲਮੋਸਟ 6 ਮਹੀਨੇ ਬਾਅਦ ਵੀ ਦੇਖ ਰਹੇ ਹੋਣਗੇ ਮਰੇ ਕਰਕੇ ਫਰਕ ਪੈਂਦਾ ਤੇ ਇਹ ਇਹਦੀ ਸਾਰੀ ਸਾਰੀ ਲਾਈਕ ਸਾਰੀ ਸਾਈਡ ਤੋਂ ਲੁੱਕ ਆ ਗਈ ਇਹਦਾ ਰੂਫ ਹੈ ਉਹਦਾ ਕਰੀਮ ਕਲਰ ਸੀ ਇਹ ਗ੍ਰੀਨ ਹੈ ਕਸਟਮਰ ਰਿਕੁਆਇਰਮੈਂਟ ਹੈ ਦੋਨੋਂ ਆਰਡਰ ਬੇਸ ਰੈਡੀ ਹੋਏ ਆ ਆਪਾਂ ਮੋਸਟਲੀ ਕਮ ਸਾਰਾ ਆਰਡਰ ਬੇਸ ਤੇ ਹੀ ਕਰਦੇ ਆ ਆਰਡਰ ਬੇਸ ਹੀ ਚੱਲਦਾ ਠੀਕ ਹੈ ਇਹ ਭਾਈ ਸਾਰੇ ਹੀ ਦੀ ਸਾਈਡ ਤੋਂ ਲੁੱਕ ਆ ਜਾਂਦੀ ਹੈ ਬਹੁਤ ਹੀ ਸੋਹਣੀ ਚੀਜ਼ ਹੈ ਜੋਂਗਾ ਹੈ ਭਾਈ ਇਹ 1 ਟਨ ਨਹੀਂ ਹੈਗਾ ਕਲੀਅ ਮੇਨਟੇਨ ਕੀਤਾ ਕਿਉਂਕਿ ਸ਼ੈਲ ਵਗੈਰਾ ਤਾਂ ਪ੍ਰਿੰਸ ਬਾਈ ਦੇ ਮਿਲਦੇ ਨਹੀਂ ਅੱਜਕੱਲ੍ਹ ਆ ਵੈਸੇ ओरिजिनल ਹੀ ਹੈ ਅਗਰ ਕਿਸੇ ਨੂੰ ਸ਼ੈਲ ਚਾਹੀਦਾ ਅਸੀਂ ਬਣਾ ਵੀ ਸਕਦੇ ਹਾਂ ਅੱਛਾ ਵੀ ਬਣ ਜਾਂਦਾ ਠੀਕ ਹੈ ਬਾਈ ਇਹ ਇਹਦੀ ਲੁੱਕ ਹੈ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਅਸੀਂ ਕਿਉਂਕਿ ਇਹ ਤੁਸੀਂ ਅੰਦਰੋਂ ਇਹ ਗ੍ਰੀਨ ਕਲਰ ਦਾ ਹੈ ਬਹੁਤ ਹੀ ਸੋਹਣਾ ਹੈ ਤੁਸੀਂ ਕਦੀ ਨਹੀਂ ਦੇਖਿਆ ਹੋਣਾ ਇਹਨੂੰ ਆਪਾਂ ਐਕਚੁਅਲ ਗ੍ਰੀਨ ਕਲਰ ਕਹਿ ਸਕਦੇ ਆ ਪ੍ਰਿੰਸ ਬਾਈ ਅੰਦਰੋਂ ਇੰਟੀਰੀਅਰ ਨੂੰ ਗ੍ਰੀਨ ਕਲਰ ਦਾ ਹੀ ਹੈ ਜੀ ਬੋਟਲ ਗ੍ਰੀਨ ਕਲਰ ਪਰ ਬਹੁਤ ਹੀ ਸੋਹਣਾ ਹੈ ਲਾਈਕ ਇਹ ਗ੍ਰੀਨ ਜਿਹਾ ਬੜਾ ਜਚਿਆ ਮੈਨੂੰ ਤੇ ਯੂਨਿਕ ਜਿਹਾ ਹੈ ਲਾਈਕ ਥੋੜਾ ਲਗਜ਼ਰੀ ਸੈਗਮੈਂਟ ਦੇ ਵਿੱਚ ਜਿਹੜੀ ਗੱਡੀਆਂ ਹੁੰਦੀਆਂ ਉਹਨ プラス ਇੱਥੇ ਤੁਹਾਨੂੰ ਟਾਇਰ ਇੱਕ ਮਿਲ ਜੂਗਾ ਲੋਏ ਨਾਲ ਇਹਦੇ ਇਹ ਵੀ ਬਾਈ ਡਬਲ ਡੋਰ ਹੈ ਖੁੱਲਣ ਵਾਸਤੇ ਦੇ ਦਿੰਗੇ ਸਾਰੇ origignal type ਇੱਥੇ ਰੈਡੀ ਹੈ ਤੇ ਆਪਣੇ ਕੋਲ origignal type ਇੱਥੇ ਮਿਲਦੇ ਦੋਸਤੋ ਇੱਧਰ ਹੁਣ ਗੱਲ ਆ ਜਾਂਦੀ ਹੈ ਸਾਰੇ ਗਰਾਜ ਦੀ ਸਾਰਾ ਕੰਮ ਹੁੰਦਾ ਹੈ ਇਹ ਆਈ ਥਿੰਕ 1 ਟਨ ਦੀ ਟ੍ਰਾਲੀ ਹੈ ਇਹ ਨੀਸਾਨ 1 ਟਨ ਦੀ origignal ਟ੍ਰਾਲੀ ਹੈ ਇਹ ਸੇਲ ਹੈ ਇਹ ਆਲਰੇਡੀ ਸੇਲ ਹੋ ਚੁੱਕੀ ਹੈ ਆਲਰੇਡੀ ਸੇਲ ਹੋ ਚੁੱਕੀ ਹੈ ਬਈ ਇਹਦੇ ਵਿੱਚ ਬੜਾ ਫਰਕ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬ੍ਰੇਕ ਸਿਸਟਮ ਹੁੰਦਾ ਹੈ ਜਿਹੜੀ origignal trolleys ਆਉਂਦੀਆਂ ਇਹ ਹੁੱਕ ਦੇ ਨਾਲ ਹੀ ਇਹਦੇ ਨਾਲ ਬ੍ਰੇਕ ਸਿਸਟਮ ਹੁੰਦਾ ਹੈ ਜਦੋਂ ਗੱਡੀ ਥੋੜੀ ਰੁਕਦੀ ਹੈ ਜਾਂ ਇੱਧਰ ਲੱਗਦੀ ਹੈ ਇਹ ਬ੍ਰੇਕ ਹੁੰਦੀ ਹੈ ਠੀਕ ਹੈ ਇਹ ਪਿੱਛੇ ਤੱਕ ਜਾਂਦੀ ਹੈ ਥੱਲੇ ਤੱਕ ਠੀਕ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਤੇ ਇਹ origignal trolleys ਦੇ ਨਾਲ ਹੀ ਆਉਂਦੀ ਹੈ 1 ਟਨ ਦੀ trolly ਹੈ ਟਾਇਰ ਸਾਈਜ਼ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਇਹਦੇ ਐਂਗਲਸ ਤੋਂ ਹਿਸਾਬ ਲਾ ਸਕਦੇ ਹੋ ਤੇ ਵੈਸੇ ਜੇ ਕਿਸੇ ਨੂੰ ਚਾਹੀਦੀ ਹੋਵੇ ਆਪਾਂ ਪ੍ਰੋਵਾਈਡ ਕਰ ਦਿੰਨੇ ਆਂ ਹਾਂਜੀ ਔਨ ਇਹ ਕਾਫੀ ਫੋਟੋਸ ਤੇ ਵੇਖਿਆ ਆਈ ਥਿੰਕ ਸਿੱਧੂ ਬਾਈ ਕੋਲੇ ਵੀ ਰਿਹਾ ਤੁਹਾਡੇ ਟਾਈਮ ਤੇ ਇਹ ਕਿੰਨਾ ਦਾ ਰਿਪੇਅਰ ਲਈ ਆਇਆ ਜਾਂ ਕੀ ਸਿਸਟਮ ਹੈ ਇਹ ਕਿਸੇ ਕਸਟਮਰ ਦਾ ਆਪਨੇ ਤੇ ਇਹ ਸਾਰਾ ਰੀਸਟੋਰ ਹੋਣਾ ਆ ਥੋੜਾ ਬਹੁਤ ਕੰਮ ਪੈਂਡਿੰਗ ਸੀਗੇ ਇਹਨਾਂ ਦੇ ਜੋ ਆ ਕੰਮ ਜਿਆਦਾ ਕਰਾ ਰਹੇ ਜੋ ਇਹਨਾਂ ਨੂੰ ਕਰਾਣੇ ਸੀ ਪਹਿਲੀ ਤੇ ਗੱਲ ਆ ਬਈ ਦੱਸ ਜੀ ਕਿ ਇਹ ਹੁਣ 1 ਟਨ ਹੈ ਇਹ ਸਾਰੇ ਵਨ ਟਨ ਹੈ ਜੀ ਇਹ ਸਾਰਾ ਸੈਗਮੈਂਟ ਹੈ ਵਨ ਟਨ ਦਾ ਵਨ ਟਨ ਦਾ ਹੀ ਇਹ ਜੋਗੇ ਨਹੀਂ ਹੈਗੇ ਬਾਈ ਇਹ ਵਨ ਟਨਸ ਨੇ ਤੁਸੀਂ ਹੁਣ ਦੇਖ ਲਓ ਇਹਨੂੰ ਟਾਇਰ ਸਾਈਜ਼ ਬਹੁਤ ਵੱਡਾ ਹੁੰਦਾ ਹੈ ਇਹ ਐਕਚੁਅਲ ਦੇ ਵਿੱਚ ਵਨ ਟਨ ਹੈ ਬਟ ਇਹਨੂੰ ਇਹਨਾਂ ਨੇ ਕਸਟਮ ਕਰਕੇ ਹੁਣ ਅੱਜਕੱਲ ਥੋੜਾ ਜਿਹਾ ਆਪਾਂ ਇਹਨੂੰ ਲਗਜ਼ਰੀਸ ਟਾਈਪ ਜਾਂ ਇਹਨੂੰ ਆਪਾਂ ਉਸ ਤਰ੍ਹਾਂ ਬਣਾਉਣ ਲੱਗ ਪਏ ਹਾਂ ਬਿਲਕੁਲ ਹਰ ਹਰ ਬੰਦੇ ਦਾ ਅਲੱਗ ਇੱਕ ਵਨ ਟਨ ਹੈ ਯਾ ਹਰ ਇੱਕ ਵਹੀਕਲ ਅਲੱਗ ਅਲੱਗ ਹੈ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਆਪਾਂ ਬਣਾਨੇ ਬਣਾਨੇ ਪਰ ਇਹ ਕਲਰ ਬਹੁਤ ਅਟਰੈਕਟਿਵ ਜਿਆਦਾ ਵੈਸੇ ਤੇ ਇਹਦੇ ਵਿੱਚ ਇੰਜਨ ਵਗ ਬਟ ਆਪਾਂ ਹੁਣ ਜਿਹੜੇ ਰੱਖ ਰਹੇ ਆ ਉਹ ਕਮਿੰਸ ਦੇ 4 ਸਿਲੰਡਰ ਡੀਜ਼ਲ ਰੱਖ ਰਹੇ ਆ ਵੀ ਟਰਬੋ ਇੰਜਨ। ਕੀ ਬਾਤ ਹੈ। ਇਹ 4x4 ਹੁੰਦੇ ਆ। 올 ਟਾਈਮ 4x4 ਹੈ ਇਹ ਵਾਲਾ। ਓਕੇ। ਤੇ ਇਹ ਤਾਂ ਹੁਣ ਸਰਵਿਸ ਹਸਤੇ ਆਇਆ ਤਾਂ 3-4 ਸਾਲ ਪਹਿਲੇ ਬਣਾਇਆ ਸੀ। ਜੇ ਦੋਸਤੋ ਬਾਕੀ ਹੁਣ ਤੁਹਾਨੂੰ ਗੱਲ ਕੀਤੀ ਜਾਵੇ ਇਹਦੇ ਮੈਟਲ ਦੇ ਬੰਪਰਸ ਹੁੰਦੇ ਆ ਠੀਕ ਐ ਅੰਦਰੋਂ ਰੈਪਟਰ ਕੋਟਿੰਗ ਵਗੈਰਾ ਤੁਸੀਂ ਕਰਵਾ ਸਕਦੇ ਹੋ ਟਾਇਰ ਸਾਈਜ਼ ਬਹੁਤ ਹੀ ਵੱਡਾ ਹੈ। ਠੀਕ ਐ। ਕਾਫੀ ਸੋਹਣਾ ਤੇ ਕਾਫੀ ਜੈਂਕੀ ਲੱਗਦਾ ਇਹ ਤੇ ਬਹੁਤ ਹੀ ਯੂਨੀਕ ਜਿਹਾ ਦੇਖਣ ਨੂੰ ਘੱਟ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਠੀਕ ਐ ਬ ਇੱਕ ਕਸਟਮਰ ਨੇ ਆਵਦੀ ਚੋਇਸੇ ਬਾਤ ਚ ਕਰਵਾਇਆ ਆਪਣੇ ਕੋਲ ਤਾਂ ਇੱਕ ਸਿੰਗਲ ਟਨ ਗਿਆ ਸੀ ਸਿੰਗਲ ਟਨ ਗਿਆ ਸੀ ਠੀਕ ਹੈ ਤੇ ਉਧਰ ਬਾਈ ਅਗਲੇ ਬੰਨੇ ਚੱਲਦੇ ਹੁਣ ਹੋਰ ਤੇ ਇਦਾਂ ਦੀਆਂ ਚੀਜ਼ਾਂ ਵਾਸਤੇ ਇਹ ਕਾਫੀ ਫੇਮਸ ਨੇ ਬਾਈ ਹੋਣੀ ਤੇ ਇੱਧਰ ਇਹ ਬੰਡ ਰਿਹਾ ਹੈ ਹਨਾ ਹਾਂਜੀ ਇਹ ਬਾਡੀ ਸ਼ੈਲ ਬਣ ਰਿਹਾ ਇਹਦੇ ਵਿੱਚ ਕੁਝ ਚੇਂਜਸ ਕਰ ਰਿਹਾ ਓਕੇ ਹਾਂਜੀ ਪਹਿਲੇ ਹੁਣ ਥੋੜੇ ਛੋਟੇ ਹੁੰਦੇ ਸੀ ਹੁਣ ਥੋੜਾ ਲੰਬਾ ਵੀ ਕਰਿਆ ਤੇ ਉੱਚਾ ਵੀ ਕਰਿਆ ਵੀਕਾ ਹਾਂ ਇਹ ਮੈਨੂੰ ਉੱਚਾ ਵੀ ਲੱਗ ਰਿਹਾ ਵੈਸੇ ਤੇ ਬਾਈ ਇਹਨੂੰ ਬ੍ਰਾਂਡ ਨਿਊ ਪਾਈ ਹੋਈ ਟਾਇਰਸ ਪਾਉਂਦੇ ਨੇ ਤੇ ਇਹ ਚੰਜਨ ਕਿਹੜਾ ਰੱਖ ਰਿਹਾ ਫਿਰ ਆਪਾਂ ਸਕਸ 6 ਰੰਗ ਰਹਿਗਾ ਠੀਕ ਹੈ ਭਈ ਤੁਸੀਂ ਸਾਰਾ ਦੇਖ ਸਕਦੇ ਹੋ ਸ਼ੈੱਲ ਬਣ ਰਿਹਾ ਹੈ ਦਾ ਚੈਸੀ ਵਗੈਰੇ ਸਾਰੀ ਇਹਦੀ origignal ਹੀ ਹੁੰਦੀ ਹੈ ਠੀਕ ਹੈ ਇਹ ਤਿਆਰ ਹੋ ਗਿਆ ਇਹਦੀ অলਮੋਸਟ ਰੈਡੀ ਹੈ ਦਾ ਸੈਕੰਡ ਕੋਟ ਹੋਣਾ ਹੈ ਪੇਂਟ ਦਾ ਓਕੇ ਤੇ ਵਿਦਿਨ 15 ਤੋਂ 20 ਦਿਨ ਦੇ ਅੰਦਰ ਰੈਡੀ ਹੋ ਜਾਏਗਾ ਰੈਡੀ ਹੋ ਜਾਏਗਾ ਵੀ ਵੱਖਰਾ ਜਿਹਾ ਕਲਰ ਆਇਆ ਦਾ ਬੰਪਰ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਬਣਿਆ ਹੈ ਇਹਦਾ ਲਾਈਕ ਇਹਨਾਂ ਨੇ ਜਿਹੜਾ ਸਲੰਸਰ ਉਹ ਵੀ ਅਲੱਗ ਤਿਕ ਨਾ ਕੱਢਤਾ ਇਹਦਾ ਆ ਭਾਈ ਹੁਣਾਂ ਨੇ ਇਹ ਵੀ ਚੇਂਜ ਕਰਤਾ ਨਾ ਮਤਲਬ ਤੁਸੀਂ ਪਹਿਲਾਂ ਇਹ ਹੋਰ 에ਅਰ ਸਿਲੰਡਰ ਹੋਰ ਤਰ੍ਹਾਂ ਦਾ ਲੱਗਿਆ ਹੁੰਦਾ ਸੀ ਕਸਟ ਬਾਈ ਇਹ ਸਾਰੀ ਦੀ ਲੁੱਕ ਦੇਖ ਸਕਦੇ ਹੋ ਕਾਫੀ ਉੱਚਾ ਹੁੰਦਾ ਇਹ ਵੱਡਾ ਹੁੰਦਾ ਟਰੱਕ ਟਾਈਪ ਆਉਂਦਾ ਲਾਈਟਸ ਵਗੈਰੇ ਬਾਈ ਮਨ ਅਸੈਸਰੀ ਤੁਸੀਂ ਜਿੰਨਾ ਚਾਹੋ ਲਵਾ ਸਕਦੇ ਹੋ ਇਹਦਾ ਸਾਰਾ ਹੀ ਅਜੇ ਸ਼ੈਲ ਤਿਆਰ ਹੋ ਰਿਹਾ ਫਿਰ ਇਹ ਲੈ ਕੇ ਪੇਂਟ ਤੇ ਜਾਊਗਾ ਫਿਰ ਇਹਦੀ ਸੇਮ ਇਹ ਲੁੱਕ ਆਜੂਗੀ ਬਾਈ ਤੁਸੀਂ ਇਹ ਦੇਖ ਸਕਦੇ ਹੋ ਪਿੱਛੋਂ ਇਹਦੇ ਅਜੇ ਬਈ ਸਾਰਾ ਲੱਗਣਾ ਹੈ ਠੀਕ ਹੈ ਇਹ ਮਿਸ ਨਾਲ 1 ਟਨ ਦਾ ਹੀ ਪਿਆ ਹੈ ਇਹ ਦੇਖੋ ਜੀ ਆ ਸਹੀ ਆਪਣਾ ਦਿਖਾਉਣ ਦਾ ਮੁੱਦਾ ਹੈ ਕਿ ਇਹ ਸਹੀ ਚੈਸੀ ਸਾਈਜ਼ ਹੈ ਅੱਛਾ ਜੀ ਜੋ 1 ਟਨ ਬੰਦੇ ਆ ਉਸਲ ਚੈਸੀ ਆਏ ਅਸੀਂ ਇਸ ਤਰ੍ਹਾਂ ਇਹਨੂੰ ਖਾਲੀ ਕਰ ਲੈਨੇ ਆ ਠੀਕ ਹੈ ਫਿਰ ਇਹਦੀ ਰਿਪੇਅਰਿੰਗ ਕਰਦੇ ਆ ਓਕੇ ਫਿਰ ਇਸ ਤਰ੍ਹਾਂ ਬੋਡੀ ਸ਼ੈਲ ਬੰਦਾ ਹੈ ਓਕੇ ਫਿਰ ਆ ਸਿੰਗਲ ਟੋਨ ਪੇਂਟ ਹੋ ਕੇ ਅਸੀਂ ਅਸੈਸਰੀ ਫਿੱਟ ਕਰਕੇ ਮਤਲਬ ਉਹਨੂੰ ਫਾਈਨਲਾਈਜ਼ ਕਰਦੇ ਆ ਫਾਈਨਲਾਈਜ਼ ਕਰ ਦਿੰਦੇ ਆ ਠੀਕ ਹੈ ਤੇ ਇਹ ਵੀ ਚੀਜ਼ ਹੈਗੀ ਹੈ ਬਾਈ ਇੱਧਰ ਅੰਦਰ ਬਾਈ ਦੀ ਆਪਣੀ ਫੈਬਰੀਕੇਸ਼ਨ ਦਾ ਸਮਾਨ ਸਮੂਨ ਜਿਹਾ ਪਿਆ ਹੈ ਠੀਕ ਹੈ ਤੁਹਾਨੂੰ ਫੇਰ ਦਿਖਾ ਦਾਂਗੇ ਹੁਣ ਤੁਹਾਨੂੰ ਹੋਰ ਚੀਜ਼ਾਂ ਦੀ ਦਿਖਾਉਂਦੇ ਆ ਠੀਕ ਹੈ ਅੰਦਰ ਚੱਲਦੇ ਆ ਬਾਈ ਪਹਿਲਾਂ ਆਪਾਂ ਏ ਬਾਈ ਅਸੀਂ ਅੰਦਰ ਚੱਲਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ origignal ਬਾਈ ਕੋਲੇ ਚੈਸੀਸ ਜਿਹੜੀਆਂ ਨੇ ਉਹ ਅਵੇਲੇਬਲ ਆ ਬਾਈ ਜਗਾੜੂ ਕੰਮ ਕਰੀਏ ਕਰਦੇ ਆ ਜੋਂਗਾ ਦੀ origignal ਚੈਸੀਸ ਹੈ ਹਜੇ ਅੰਦਰ ਵਰਕ ਚੱਲ ਰਿਹਾ ਹੈ ਤਾਂ ਚਲੋ ਆਪਣੇ ਸ਼ੂਟ ਕਰਨਾ ਥੋੜਾ ਸਾਈਡ ਤੇ ਰੱਖਣਾ ਹੈ ਰੱਖਣਾ ਹੈ ਹਾਂਜੀ ਇਹ ਬਾਈ ਸਾਰਾ ਅੰਦਰਲੇ ਬੰਨੇ ਸਾਡਾ ਗਰਾਜ ਆ ਜਾਂਦਾ ਇਹ ਜੋਂਗਾ ਤਿਆਰ ਹੋ ਰਿਹਾ ਹੈ ਨਾ ਜੇ ਇਹ ਜੋਂਗਾ ਹੈ ਇਸ ਟਾਈਮ ਆਪਣੇ ਕੋਲ 7 ਤੋਂ 8 ਜੋਂਗੇ ਅਵੇਲੇਬਲ ਹੈ ਓਕੇ ਇਹ ਵੀ ਜੋਂਗਾ ਹੀ ਹੈ ਹਾਂਜੀ ਜੋਂਗਾ ਹੈ ਐਟ ਪ੍ਰੈਜ਼ੈਂਟ ਆਪਣੇ ਕੋਲ ਕੰਮ ਚੱਲ ਰਿਹਾ ਹੈ ਨਾ ਦਾ ਪੱਟੀਵਕ ਹੋ ਚੁਕਾ ਹੈ ਪੇਂਟ ਤੇ ਆਣਾ ਹੈ ਐਸੋ ਚੁਣ ਬਈ ਇਹ ਓਪਨ ਵੀ ਹੁੰਦਾ ਹੈ ਬਾਅਦ ਚ ਜਿੱਦਾਂ ਤੁਹਾਨੂੰ ਸਟਾਰਟਿੰਗ ਦਿਖਾਇਆ ਓਦਾਂ ਹੋ ਜੂਗਾ ਅੰਦਰੋਂ ਸਾਰਾ ਖੋਲ ਕੇ ਪੇਂਟ ਹੁੰਦਾ ਹੈ ਇਹ ਠੀਕ ਹੈ ਸਾਰਾ ਇਦਾਂ ਦਾ ਇਦਾਂ ਇਹ ਕਿਹੜੀ ਇਹ ਕੀ ਹੈ ਇਹ ਵੀ ਜੰਗ ਹੈ ਜੀ オリジナル ਚੈਸੀਸ ਹੈ ਓਕੇ ਰਿਪੇਅਰ ਹੋ ਚੁਕੀ ਹੈ ਪ੍ਰਾਈਮਰ ਕੋਟ ਹੋ ਕੇ ਨੂੰ ਰੱਖਿਆ ਹੈ ਇਹਨੂੰ ਵੀ ਇਹ ਜਿਵੇਂ ਜਿਵੇਂ ਬਾਹਰ ਨਿਕਲਦੀ ਜਾਏਗੀ ਇਹਨਾਂ ਦਾ ਅੱਗੇ ਜਾਂਦੇ ਰਹਿਣਗੇ ਉਸੇ ਤਰ੍ਹਾਂ ਠੀਕ ਹੈ ਉਹ ਕੋਈ ਪਜ਼ੈਰੋ ਖੋਲੀ ਲੱਗਦੀ ਹੈ ਆ ਡੋਨਰ ਵਹੀਕਲ ਸੀਗਾ ਪਾਰਟ ਚੇਂਜ ਸੀ ਆਪਾਂ ਅੱਛਾ ਪਾਰਟ ਚਾਹੀਦੇ ਸੀਗੇ ਇਹ ਆ ਗਈ ਆਪਣੇ ਇਹ ਡਿਫੈਂਡਰ ਹੈ ਜੀ ਇਹ ਡਿਫੈਂਡਰ ਇਹਦਾ ਵੀ ਕੰਮ ਪੁਰਾਣਾ ਵਹੀਕਲ ਹੈ ਬਣਾਵ ਦਾ ਪਰ ਇਹਨੂੰ ਕੁਝ ਕੀਤਾ ਲੱਗਦਾ ਮੈਨੂੰ ਹੁਣ ਇਹ ਪ੍ਰਾਈਮਰ ਰਿਪੋਰਟ ਕਰਕੇ ਛੱਡ ਰੱਖੀ ਹੈ ਜੀ ਛੱਡ ਰੱਖੀ ਹੈ ਨੋਟ ਫਾਰ ਸੇਲ ਹੈ ਨੋਟ ਫਾਰ ਸੇਲ ਹੈ ਇਹ ਵੀ ਡਿਫੈਂਡਰ ਹਾਂਜੀ ਇਹ ਬਣ ਰਹੀ ਹੈ ਇਹ 90 ਇਹ ਛੋਟਾ ਵਾਲਾ ਵਹੀਕਲ ਹੈ ਇਹ ਵਿਲਿਜ ਦਾ ਕਰਦਾ Ориਜਨਲ ਕਲਰ ਹੀ ਲੱਗਦੀਆਂ ਇਹਦੇ ਵਿੱਚ ਕੀ ਹੁੰਦਾ ਜੀ ਇਹ ਜਿਵੇਂ ਆਕਸ਼ਨ ਦੀਆਂ ਗੱਡੀਆਂ ਹੁੰਦੀਆਂ ਜਾਂ ਪੁਰਾਣਾ ਵਹੀਕਲ ਆਪਾਂ ਨੂੰ Ориਜਨਲ ਮਿਲ ਜਾਂਦਾ ਆਪਾਂ ਲੈ ਕੇ ਰੱਖ ਲੈਣੇ ਆ ਓਕੇ ਇਹਨਾਂ ਤੇ ਹੀ ਆਪਾਂ ਨਵੀਆਂ ਗੱਡੀਆਂ ਤੇ ਨਵੀਂ ਬਾਡੀ ਲਾ ਕੇ ਦੇਣੇ ਦੇਣੇ ਓਕੇ ਇਹ ਡੋਜ ਆਪਣਾ ਪੁਰਾਣਾ ਹੈ ਪੁਰਾਣਾ ਵਾਲਾ ਪੁਰਾਣਾ ਹੈ ਇਹ ਫੇਰ ਜੰਗ ਆ ਗਿਆ ਇਹ ਜੰਗ ਆ ਗਿਆ ਪੇਂਟ ਹੋ ਚੁੱਕਾ ਹੈ ਫਰਸਟ ਕੋਟ ਹੋ ਚੁੱਕਾ ਹੈ ਐਸੈਸਰੀ ਫਿਟ ਹੋਏਗੀ ਫਿਰ ਆਪਣਾ ਸੈਕੰਡ ਕੋਟ ਤੇ ਆ ਕੇ ਫਾਈਨਲ ਕੋਟ ਤੇ ਆ ਦੇਖ ਬਈ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਤਿਆਰ ਹੋਇਆ ਗ੍ਰੀਨ ਕਲਰ ਦੇ ਵਿੱਚ ਆ ਇਹ ਇਹ ਵੈਸਾ ਨਾ ਮਹਿੰਦਰਾ ਥਾਰ ਹਾਂਜੀ ਇਹ 550 ਹੈ ਓਕੇ ਰਾਜਸਥਾਨ ਤੋਂ ਹੈ ਕਸਟਮਰ ਉਹ ਇੱਥੇ ਦੇਖੀ ਗਿਆ ਹੈ ਬਣਾਣ ਵਾਸਤੇ ਓਕੇ ਪੇਂਟ ਹੋ ਚੁੱਕਾ ਹੈ ਫਿਰ ਇਹਨਾਂ ਦਾ ਵੀ ਕੰਮ ਉਸੇ ਤਰ੍ਹਾਂ ਸੈਮੀ ਆਟੋ ਡੈਸ਼ਬੋਰਡ ਇਲੈਕਟ੍ਰੋਨਿਕ ਵਰਕ ਚੱਲਦਾ ਰਹੇ ਇੰਜਨ ਵਗੈਰਾ ਬਾਈ ਹੋਣਾਂ ਕੋਲੇ ਪਏ ਹੈ ਇੱ ਪੈਟਰੋਲ ਇੰਜਨ ਹੈ ਜੋਂਗੇ ਦਾ ਅੱਛਾ ਉਹ ਦਾ origignal ਹੈ ਇਹ ਵਰਕਿੰਗ ਹੋ ਜਾਂਦੇ ਵਾਹੇ ਇਹ ਵਰਕਿੰਗ ਹੋ ਜਾਂਦੇ ਹੋ ਜਾਂਦੇ ਆ ਟਾਈਮ ਲੱਗਦਾ ਹੋ ਜਾਂਦੇ ਠੀਕ ਹੈ ਇਧਰ ਇਹ ਵੀ ਸਪੈਸ਼ਲ ਇਹ ਵੀ 70 ਸੀਰੀਜ਼ ਲੈਂਡ ਕਰੂਜ਼ਰ ਹੈ ਓਕੇ ਇਹ ਬਹੁਤ ਰੇਅਰ ਵਹੀਕਲ ਹੈ ਓਕੇ ਤੇ ਆਪਣੇ ਕੋਲ ਫੋਰ ਸੇਲ ਅਵੇਲੇਬਲ ਹੈ ਤੇ ਇੱਕ ਗੱਡੀ ਆਪਾਂ ਬਣਾ ਵੀ ਰਹੇ ਆ ਬਾਹਰ ਅੱਛਾ ਆਓ ਭਾਈ ਜਨ ਕਹਿੰਦੇ ਥੋੜੇ ਆਪਸ਼ਨਲ ਜਿਹਾ ਕਹਿੰਦੇ ਹੁੰਦੇ ਗੱਡੀਆਂ ਇਦਾਂ ਦੀਆਂ ਹੀ ਹੁੰਦੀਆਂ ਪਰ ਇਹ ਰੀਸਟੋਰ ਹੋ ਜਾਂਦੀਆਂ ਸਾਰੀਆਂ ਸਾਰੀਆਂ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਤੇ ਇਹ ਫਰੰਟ ਤੋਂ ਇਹਦੀ ਲੁੱਕ ਆਉਂਦੀ ਹੈ ਸਾਰੀ ਇਹ 4x4 ਹੁੰਦੀ ਆ ਵੈਸੇ ਇਹ ਲੈਂਡ ਕਰੂਜ਼ਰ ਵੀ ਸਾਰੇ ਹੀ 4x4 ਆਉਂਦੇ ਸੀ 4x4 ਆਉਂਦੇ ਸੀ ਇੱਧਰ ਬਾਈ ਤੁਸੀਂ ਦੇਖ ਸਕਦੇ ਹੋ ਹੁਣ ਇਹ ਥਾਰ ਦਾ ਕੁਝ ਕਰ ਰਿਹਾ ਬਾਈ ਇਹ 2018 ਮਾਡਲ ਥਾਰ ਹੈ ਇਹਦਾ ਰੈਪਲੀਕਾ ਵਰਜ਼ਨ ਬਣ ਰਿਹਾ ਹੈ ਰੈਂਗਲਰ ਦਾ ਅੱਛਾ ਉਹ ਚੀਜ਼ ਹੀ ਬਣਾ ਦਿੰਨੇ ਜੋ ਰੈਂਗਲਰ ਹੈ ਉਹਦਾ ਹੀ origignal ਪਾਰਟ ਯੂਜ਼ ਕਰਦੇ ਆਪਾਂ 14 ਹੀ ਰਿਜ਼ਨ ਬੋਨਟ origignal ਹੈ ਗ੍ਰਿਲ origignal ਫੈਂਡਰਸ ਆਪਾਂ ਬਣਾਏ OK OK ਇਹ ਕੁਝ ਅਲੱਗ ਲੱਗਣ ਡਿਆ ਮੈਨੂੰ ਇਹ ਬਾਜੀ on ਕਸਟਮਰ ਡਿਮਾਂਡ ਹੈ ਇਹ ਚਾਰੋਂ ਹੀ सस्पेंशन ਤੇ ਐ ਦੇ ਲੀਫ 스프링ਸ ਨਹੀਂ ਹੈ। اچھا ਉਹ ਨਹੀਂ ਹੈ। ਨਹੀਂ, इंडिपेंडेंट सस्पेंशन ਹੈ ਚਾਰੋਂ। क्या बात है भाई जैसे देख सकते हो इंडिपेंडेंट सस्पेंशन लग रही है चारों ਨੂੰ ਵੀ ठीक है। प्लस ਇਹਦੇ ਚ ਇੰਜਨ ਵੀ ਕੁਛ ਹੈਵੀ ਲੱਗ ਰਿਹਾ ਮੈਨੂੰ। ਐ ਦੇ ਚ ਇੰਜਨ ਹੈ BS4 ਇੰਜਨ ਹੈ ਵਿਦ ABS। क्या बात है। ABS ਬ੍ਰੇਕਸ ਮਿਲਣ ਗਿਆ ਇਸਕੇ। ਇਹ ਪ੍ਰੋਪਰ ਲੋ ਰਾਈਡਰ ਬਣੂਗੀ ਫਿਰ। ਪ੍ਰੋਪਰ ਲੋ ਰਾਈਡਰ ਬਣੇਗਾ। ਬਾਤੇ ਸਾਰਾ ਵੀ ਤੁਸੀਂ ਦੇਖ ਸਕਦੇ ਹੋ ਸ਼ੈਲ ਵਗੈਰਾ ਸਾਈਡ ਤੋਂ ਟਾਇਰਸ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਤਿਆਰ ਹੋ ਚੁੱਕਿਆ ਹੁਣ ਪੇਂਟ ਤੇ ਜਾਊਗਾ ਆਈ ਥਿੰਕ ਇਹ ਤੇ ਇਹਦਾ ਸਾਰਾ ਪੇਂਟ ਵਰਕ ਜਿਹੜਾ ਉਹ ਚੱਲ ਰਿਹਾ ਠੀਕ ਹੈ ਤੇ ਇਧਰ ਇਹ ਆਪਣਾ ਪੁਰਾਣਾ ਖੜਾ ਆਈ ਥਿੰਕ ਇਹ ਆਪਣਾ ਪੁਰਾਣਾ ਵਹੀਕਲ ਹੀ ਹੈ ਆਪਣੇ ਫਰੈਂਡ ਹੈ ਕਾਫੀ ਟਾਈਮ ਤੋਂ ਇਸ ਤਰ੍ਹਾਂ ਹੀ ਖੜਾ ਹੈ ਠੀਕ ਹੈ ਉਸ ਨਾਲੇ ਪੁਰਾਣਾ ਵਿਕਲਾ ਬਾਈ ਹੁਣਾਂ ਦਾ ਤੇ ਇਹ ਇਹਨਾਂ ਦੇ ਦੋਸਤਾਂ ਹੀ ਆਈ ਥਿੰਕ ਹਨਾ ਹਾਂਜੀ ਬਹੁਤ ਕਾਫੀ ਵਲੌਗਸ 'ਚ ਦਿਖਾ ਸਕਦੇ ਕਾਫੀ ਵਲੌਗ ਤੇ ਫਿਰ ਅਗਲੇ ਬੰਨੇ ਗੱਲ ਆਉਂਦੀ ਐ ਵੀ ਇਹ ਆ ਗਿਆ ਓਰੀਜਨਲ ਜੋਂਗਾ ਇਹ ਓਰੀਜਨਲ ਜੋਂਗਾ ਹੈ ਜੀ ਆਕਸ਼ਨ 360 ਪੈਟਰੋਲ ਆਂਦਾ ਹੁੰਦਾ ਸੀ ਪੈਟਰੋਲ ਆਂਦਾ ਹੁੰਦਾ ਸੀ ਹਾਂ ਇਹ ਉਹ ਹੈ ਤੇ ਇਹਨਾਂ ਦਾ ਐਸ ਕੰਡੀਸ਼ਨ 'ਚ ਆਪਣੇ ਕੋਲ ਪਹੁੰਚਦੇ ਆ ਆਪਾਂ ਡੈਂਟਿੰਗ ਵਰਕ ਕਰਦੇ ਆਂ ਦੀ ਠੀਕ ਹੈ ਤੇ ਕੁਝ ਪਾਰਟ ਜੋ ਇਹਦੇ ਗਲ ਜਾਂਦੇ ਉਹਨਾਂ ਨੂੰ ਬਾਏ ਹੈਂਡ ਹੀ ਬੰਦੇ ਬਾਏ ਹੈਂਡ ਹੀ ਹਨਾ ਜੀ ਤਾਂ ਹੀ ਟਾਈਮ ਲੱਗਦਾ ਇਹ ਚੀਜ਼ ਬਾਈ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਦੇਖ ਰਹੇ ਹੋ ਵੀ ਇੰਨੀ ਮਾੜੀ ਹਾਲਤ ਨੇ ਹੁੰਦੀ ਕਿਉਂਕਿ ਇਹ ਬਹੁਤ ਹੀ ਲਾਈਕ ਇਹਨੂੰ ਵਿੰਟੇਜ ਆਪਾਂ ਕਹਿ ਦਿੰਦੇ ਹਾਂ ਅੱਜ ਕੱਲੇ ਉਹਨਾਂ ਚਾਉਣ ਲੱਗ ਗਏ ਤੇ ਮਿਲਦੇ ਨਹੀਂ ਸ਼ੌਂਕ ਦਾ ਮੁੱਲ ਕੋਈ ਨਹੀਂ ਇਸ ਕਰਕੇ ਸਾਰਾ ਹੀ ਹੁੰਦਾ ਹੈ origignal chassis ਵਗੈਰਾ ਦੀ ਯੂਜ਼ ਹੋ ਜਾਂਦੀ ਹੈ ਠੀਕ ਹੈ ਡੈਸ਼ਬੋਰਡ ਵਗੈਰਾ ਤੇ ਹੋ ਜਾਂਦੇ ਆ ਰਿਪੇਅਰ ਪਲੱਸ ਇਹ ਸਾਰਾ ਹੀ ਖੋਲ ਕੇ ਬਾਈ ਹੁਣੀ ਜਿਦਾ ਤੁਸੀਂ ਬਾਹਰ ਦੇਖਿਆ ਉਦਾਂ ਦਾ ਉਦਾਂ ਇਹ ਰੈਡੀ ਹੋ ਜਾਂਦਾ ਹੈ ਜੀ ਤੇ ਦੋਸਤੋ ਹੁਣ ਗੱਲ ਆਉਂਦੀ ਹੈ ਇਹ ਫੇਰ ਜੰਗ ਆ ਗਿਆ ਹਾਂਜੀ ਇਹ ਪੰਜਾਬੀ 'ਚ ਲਿਖਿਆ ਹੈ ਕਿ ਹਿੰਦੀ 'ਚ ਲਿਖਿਆ ਹੈ ਆ ਹਿੰਦੀ 'ਚ ਲਿ ਇਹ ਆਪਣੇ ਜੋ ਮਿਲਟਰੀ ਦੇ ਵਹੀਕਲਸ ਆਉਂਦੇ ਸੀ ਨਾ ਉਹਨਾਂ 'ਚ ਇੰਗਲਿਸ਼ ਤੇ ਹਿੰਦੀ ਜੀ ਲਿਖਿਆ ਜਾਂਦਾ ਸੀ ਜੰਗ ਅੱਛਾ ਹਾਂਜੀ ਇਹ ਕੁਝ ਵਧੀਆ ਕੰਡੀਸ਼ਨ 'ਚ ਆਵੇ ਹੈ ਹਨਾ ਹਾਂਜੀ ਇਹ ਥੋੜਾ ਰੀਸੈਂਟ ਹੀ ਆਇਆ ਆਪਣੇ ਕੋਲ ਆਕਸ਼ਨ 'ਚ ਓਕੇ ਇਹ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਦੇ ਹਾਲਾਤ ਇਹ ਮੈਂ ਥੋੜਾ ਜਿਆਦਾ ਵਧੀਆ ਕੰਡੀਸ਼ਨ ਨਾਲੋਂ ਇਹ ਜਮਾ ਗਲਿਆ ਜਿਆ ਸੀਗਾ ਇਹ ਸਾਫ ਸੀ ਇਹਦੇ ਹੁਣ ਕੁਝ ਪਾਰਟ ਉਦਾਂ ਹੀ ਪੇਂਟ ਹੋ ਕੇ ਕਲੀਅਰ ਹੋ ਕੇ ਚੱਲ ਪੈਣਗੇ ਠੀਕ ਹੈ ਇਹ ਦਾ ਡੈਸ਼ਬੋਰਡ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ origignal ਦਾ origignal ਹੀ ਹੈਗਾ ਠੀਕ ਹੈ ਸਟੀਅਰਿੰਗ ਇਹਦਾ ਇਦਾਂ ਦਾ ਆਉਂਦਾ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੀਟਸ ਜਿਹੜੀਆਂ ਇਹਦੀਆਂ ਇਹ ਕਾਫੀ ਵਧੀਆ ਕੰਡੀਸ਼ਨ ਸਾਰਾ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਲੁੱਕੇ ਦੀ ਸਾਈਡ ਤੋਂ ਇਦਾਂ ਦੀ ਆ ਜਾਂਦੀ ਹੈ ਤੇ ਇਹ ਡਾਈਮੈਂਸ਼ਨਸ ਵਗੈਰਾ ਆਪਾਂ ਫੇਰ ਸੇਮ ਹੀ ਰਹਿ ਜਾਂਦੇ ਸੇਮ ਆਪਾਂ ਮੈਂ ਉਹੀ ਕਹਿਣ ਦਾ ਮਤਲਬ ਹੈ ਕਿ ਆਪਾਂ origignal chassis ਹੀ origignal use ਕਰਦੇ ਹਾਂ ਕਰਦੇ ਹਾਂ ਡਾਈਮੈਂਸ਼ਨਸ ਬੋਡੀ ਆਲਮੋਸਟ originally ਰਹਿੰਦਾ ਰਹਿੰਦਾ ਭਈ ਇਹ ਪਿੱਛੋਂ ਤੁਸੀਂ ਦੇਖ ਸਕਦੇ ਹੋ ਸਾਰੀ ਇਹਦੀ ਕੰਡੀਸ਼ਨ ਠੀਕ ਹੈ ਪਿੱਛੋਂ ਸਾਰੀ ਕੰਡੀਸ਼ਨ ਦੇਖ ਸਕਦੇ ਹੋ ਇਹ ਬਹੁਤ ਹੀ ਸਾਫ਼ ਹੈ ਇਹ ਇਹ ਤੇ ਫਿਰ ਮੈਨੂੰ इजीली ਥੋੜਾ ਮਿਹਨਤ ਜ਼ਿਆਦਾ ਨਹੀਂ ਕਰਨੀ ਪਊਗੀ ਹਾਂ ਜੀ ਠੀਕ ਹੈ ਅਗਲੇ ਬੰਨੇ ਉਹ ਮੈਨੂੰ ਵੀ ਨਹੀਂ ਪਤਾ ਕੀ ਹੈ ਆ ਅਮਰੀਕਨ ਹਾਰਵੈਸਟਰ ਹੈ ਜੀ 1950s ਯਾ 60s ਦਾ ਮਾਡਲ ਹੈ ਲੈਫਟ ਹੈਂਡ ਡਰਾਈਵ ਇੱਕ ਫਿਲਮ ਚ ਆਉਂਦਾ ਨਹੀਂ ਮੇਰੇ ਸਾਨਾ ਉਦਾਂ ਦਾ ਨਹੀਂ ਕੁਝ ਜਿਹੜਾ ਕਿ ਉਹ ਵੱਡਾ ਜਿਹਾ ਹੁੰਦਾ ਸੀਗਾ ਇਹ ਮੈਨੂੰ ਲੱਗਦਾ ਉਦਾਂ ਦਾ ਲੁੱਕ ਲਾਈਜ਼ ਆਏ ਹਾਂਜੀ ਪੁਰਾਣੇ ਵਹੀਕਲ ਚ ਬਈ ਬਹੁਤ ਹੀ ਅਲੱਗ ਜਿਹਾ ਤੇ ਇਹ ਫਿਰ ਲਾਈਕ ਆਪਾਂ ਰੀਸਟੋਰ ਕਰ ਰਹੇ ਆ ਜਾਂ ਕੀ ਕਰ ਰਹੇ ਆ ਇਹਨੂੰ ਇਹ ਰੀਸਟੋਰ ਕਰਾਂਗੇ ਆਪਾਂ ਅੱਛਾ ਰੀਸਟੋਰ ਕਰਾਂਗੇ ਕੀ ਬਾਤ ਹੈ ਇਹ ਮੈਂ ਵੀ ਬਈ ਫਸਟ ਟਾਈਮ ਦੇਖ ਰਿਹਾ ਹਾਂ ਬਹੁਤ ਹੀ ਚੱਕਵੀਂ ਜੀ ਚੀਜ਼ ਹੈ ਤੇ ਪਿੱਛੇ ਇਹਦੇ ਕੀ ਸੀਗਾ ਫਿਰ ਇਹਦੇ ਕ੍ਰੇਨ ਸੀ ਜੀ ਉੱਛੇ ਗੱਡੀਆਂ ਟੋਅ ਕਰਨ ਵਾਸਤੇ ਕੰਮ ਆਂਦਾ ਸੀ ਜਿੱਥੋਂ ਆਪਾਂ ਲਿਆ ਲਿਆ ਓਕੇ ਤੇ ਬਾਕੀ ਉਹ ਮਸ਼ੀਨਰੀ ਆਪਾਂ ਕੱਢਤੀ ਹੈ ਹੁਣ ਆਪਾਂ ਪਿੱਛੇ ਵੁੱਡਨ ਨਹੀਂ ਆ ਇਸ ਤਰ੍ਹਾਂ ਦਾ ਕੁਝ ਰੱਖਾਂਗੇ ਬਣਾਵਾਂਗੇ ਇਹ ਸਾਰਾ ਐਜ਼ ਇਟ ਇਜ਼ ਰੀਸਟੋਰ ਓਕੇ ਹੈਗਾ ਵੀ ਲੈਫਟ ਹੈਂਡ ਡਰਾਈਵਰ ਇਹ ਲੈਫਟ ਹੈਂਡ ਡਰਾਈਵਰ ਬਈ ਇਹ ਵੀ ਤੁਸੀਂ ਦੇਖ ਸਕਦੇ ਹੋ ਪਰ ਇਹ ਬਹੁਤ ਹੀ ਸੋਹਣਾ ਲੱਗ ਜ ਹੈ ਪਤਾ ਨਹੀਂ ਇਹਦਾ ਕੀ ਬਣੂਗਾ ਤੇ ਬਟ ਇਹਦਾ ਹੈਂਡਲ ਵੀ ਦੂਜਾ ਹੀ ਲੱਗਾ ਹੋਇਆ ਅੰਦਰੋਂ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਮਾੜੀ ਹੈ ਪਰ ਇਹ ਹੋ ਜਾਊਗਾ ਸਾਰਾ ਰੀਸਟੋਰ ਸਟੀਅਰਿੰਗ ਵਗੈਰਾ ਮੀਟਰਸ ਵਗੈਰਾ ਸ਼ਾਤ ਤੇ ਦੀ ਸਾਰੀ ਠੀਕ ਹੈ ਪਿਛੋਂ ਇਹ ਤੇ ਇਹ ਬਾਈ ਕੋਲੇ ਇੱਕ ਏਵੀ ਬਹੁਤ ਸਪੈਸ਼ਲ ਸਟੋਰੀ ਦੇਖੀ ਥੋਡੇ ਮੈਂ ਇੰਸਟਾ ਤੇ ਦੀ ਇਹ ਕੀ ਹੈ ਇਹ ਜੀ ਬਸ ਆਪਦੇ ਪਰਸਨਲ ਕੋਈ ਕਲੈਕਸ਼ਨ ਵਾਸਤੇ ਲਈ ਸੀ ਜੀ ਅੱਛਾ ਵੇਸੀ ਅਸੀਂ ਕਾਰਸ ਦਾ ਕਰਦੇ ਨਹੀਂ ਐ ਇਹ ਬੈਸਟਰ ਤੇ ਹੈ ਨਹੀਂ ਇਹ ਨਹੀਂ ਫੀਅਟ ਹੈ ਜੀ ਸੁਸਾਈਡਲ 도ਰਸ ਬੋਲਦੇ ਨੇ ਫੀਅਟ ਅੱਛਾ ਉੱਥੇ ਗੇਟ ਖੁੱਲਦੇ ਹਨਾਂ ਦੇ ਕਿਆ ਬਾਤ ਹੈ ਬਈ ਇਹ ਵੀ ਬੜੀ ਮਤਲਬ ਚੱਕਵੀਂ ਚੀਜ਼ ਆ ਵੀ ਤੁਸੀਂ ਦੇਖ ਸਕਦੇ ਹੋ ਸੀਟਸ ਇਹਦੀਆਂ ਦੇਖ ਸਕਦੇ ਹੋ ਸਾਰੀ ਅਜੇ オリジナル ਹੀ ਹੈ ਡੈਸ਼ਬੋਰਡ ਵਗੈਰਾ ਇਹਦਾ ਇਦਾਂ ਦਾ ਹੁੰਦਾ ਸੀ ਠੀਕ ਹੈ ਛੱਤ ਵਗੈਰਾ ਵੀ ਇਹਦੀ ਹੈਗੀ ਹੈ ਠੀਕ ਹੈ ਇਹ ਅਲੱਗ ਜੀ ਆਈ ਥਿੰਕ ਮਤਲਬ ਕਾਫੀ ਮੈਂ ਪਹਿਲੀ ਵਾਰ ਹੀ ਦੇਖ ਰਿਹਾ ਵੈਸੇ ਇਹਨਾਂ ਨੂੰ ਇਹ ਵੈਸੀ ਯੂਨੀਕ ਹੈ ਕਿਉਂਕਿ ਫੀਅਟ ਦੇ ਹੋਰ ਵੀ ਮਾਡਲ ਆਉਂਦੇ ਸੀਗੇ ਬਟ ਇਹਦਾ ਉਲਟਾ ਗੇਟ ਹੁੰਦਾ ਕੀ ਬਾਤ ਹੈ ਵੀ ਕਾਫੀ ਵਧੀਆ ਕੰਡੀਸ਼ਨ ਚ ਆਇਆ ਇਹ ਹੈ ਨਾ ਇਹ ਹਾਂਜੀ ਫਾਰ ਸੇਲ ਹੈ ਨਹੀਂ ਅੱਛਾ ਇਹ ਬਸ ਕੋਈ ਪਰਸਨਲ ਇੰਟਰਸਟ ਹੈ ਇਸ ਗੱਡੀ 'ਚ ਠੀਕ ਹੈ ਠੀਕ ਹੈ ਵੀ ਗੱਲ ਕੁ ਵਧੀਆ ਲੱਗੀ ਇੱਧਰ ਫੇਰ ਇਹ ਜੋਂਗਾ ਬਣ ਰਿਹਾ ਇਹ ਆਪਣਾ ਅੰਮ੍ਰਿਤਸਰ ਤੋਂ ਆਇਆ ਜੋਂਗਾ ਰੈਡੀ ਹੋਣ ਵਾਸਤੇ ਆਪਣੇ ਕੋਲ ਅੱਛਾ ਜੀ ਡੈਂਟਿੰਗ ਵਰਕ ਆਲਮੋਸਟ ਹੋ ਚੁੱਕਿਆ ਹੈ ਜਾਂ ਥੋੜਾ ਬਹੁਤ ਰਹਿ ਗਿਆ ਪੈਚ ਵਰਕ ਰਹਿ ਗਿਆ ਓਕੇ ਉਹ ਹੋ ਜਾਏਗਾ ਇੰਜਨ ਰੱਖ ਚੁੱਕਿਆ ਟ੍ਰਾਇਲ ਵਗੈਰਾ ਹੋ ਚੁੱਕਿਆ ਟਾਇਰਸ ਆਨੇ ਉਹ ਤਾਂ ਕਰਕੇ ਇਸ ਤਰ੍ਹਾਂ ਖੜਾ ਹੈ ਠੀਕ ਹੈ ਇੱਧਰ ਫੇਰ ਕੁਝ ਕੰਡੈਸ਼ਨ ਆ ਗਈ ਕਿਹੜੀ ਆ ਗਈ ਹੈ ਇਹ ਕੰਟੈਸ ਸਹੀ ਹੈ ਠੀਕ ਹੈ ਇਹ अराउंड 2000 ਮਾਡਲ ਦੀ ਕੰਟੈਸਾ ਹੈ ਠੀਕ ਹੈ ਇਹ ਰੀਪੇਂਟ ਉਸ ਤੋਂ ਵਾਸਤੇ ਆਈ ਆ ਆਪਣੇ ਫਰੈਂਡ ਦੀ ਹੈ ਓਕੇ ਹਾਂ ਭਾਈ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਸਾਫ ਕੰਡੀਸ਼ਨ ਤੇ ਅਸੀਂ ਵੇਲੇ ਦਾ ਰੀਸਟੋਰ ਵਗੈਰਾ ਨਾਰਮਲੀ ਹਰੇਕ ਗੱਡੀ ਕਰ ਲੈਂਦੇ ਹਾਂ ਨਾ ਪ੍ਰਿੰਸ ਭਾਈ ਪੇਂਟ ਦਾ ਅਸੀਂ ਜ਼ਿਆਦਾ ਕਰਦੇ ਆ ਪ੍ਰਫਰੈਂਸ ਕਾਰਸ ਦੇ ਵਿੱਚ ਆਪਾਂ ਨੂੰ ਜ਼ਿਆਦਾ ਇਹ ਨਾ ਹੈ ਨਹੀਂ ਹੈ ਬਟ ਲੋਕਾਂ ਨੂੰ ਪਿਆਰ ਹੈ ਆਪਣੇ ਕੰਮ ਤੋਂ ਕਿਉਂ ਨੋ ਨੋ ਛਾ ਲੱਗਦਾ ਕਿ ਪੇਂਟ ਵਗੈਥੋ ਹੀ ਹੋਏ ਇੱਥੇ ਬਾਈ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਇਹਦੀ ਕੰਡੀਸ਼ਨ ਥੋੜੀ ਜੀ ਠੀਕ ਐ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਾਫੀ ਠੀਕ ਕੰਡੀਸ਼ਨ ਦੇ ਵਿੱਚ ਐ ਵੈਸੇ ਹੁੰਦੀਆਂ ਨਹੀਂ ਗੱਡੀਆਂ ਪਰ ਇਹ ਸਾਰਾ ਰਿਪੇਅਰ ਹੋਣ ਵਾਲਾ ਹੈ ਜੇ ਤੇ ਇਹਦਾ ਇੰਟੀਰੀਅਰ ਵਗੈਰਾ ਤੁਸੀਂ ਆਪਣੇ ਹਿਸਾਬ ਨਾਲ ਜੋ ਚਾਹੋ ਉਹ ਤੁਸੀਂ ਕਰਾ ਸਕਦੇ ਹੋ ਕਿਸੇ ਟਾਈਮ 'ਚ ਇਹ ਬੜੀਆਂ ਫੇਮਸ ਬਿਲਕੁਲ ਬਿਲਕੁਲ ਬਹੁਤ ਚੰਗੀ ਚੀਜ਼ਾਂ ਅੱਜ ਵੀ ਇਹਨਾਂ ਦਾ ਟ੍ਰੈਂਡ ਦੁਬਾਰਾ ਆ ਰਿਹਾ ਠੀਕ ਹੈ ਕਈ ਵਾਰ ਆ ਜਾਂਦੇ ਆ ਲੋਕ ਕਹਿੰਦੇ ਆ ਕਿ ਆ ਗੱਡੀ ਦੇ ਦਿਓ ਵਗੈਰਾ ਦਿਓ ਹਾਂ ਇਹ ਬਾਈ ਇਹਦੀ ਫਰ ਹਾਂਜੀ ਇਹ ਰੀਸਟੋਰ ਹੋ ਰਹੀ ਹੈ ਜੀ ਗੱਡੀ ਆਪਣੇ ਕੋਲ ਸਾਰੀ ਓਕੇ ਤੇ ਬੰਬੇ ਦਾ ਪ੍ਰੋਜੈਕਟ ਹੈ ਬੰਬੇ ਤੋਂ ਕਸਟਮਰ ਹੈ ਉਹਨਾਂ ਵਾਸਤੇ ਹੈ ਉਹਨਾਂ ਵਾਸਤੇ ਇਹ ਬਲੈਰੋ ਹੈ ਇਹ ਕੀ ਹੈ ਇਹ ਸਾਡਾ ਪਰਸਨਲ ਇੰਟਰਸਟ ਨਹੀਂ ਸੀ ਵੈਸੇ ਕਰਦੇ ਨਹੀਂ ਬਾਰ ਦੀ ਗੱਡੀ ਨੂੰ ਛੋਟਾ ਕੰਮ ਕਰਦੇ ਨਹੀਂ ਹੈ ਪੂਰੀ ਗੱਡੀ ਹੀ ਬਣਾਉਣੀ ਹੈ ਠੀਕ ਹੈ ਬਟ ਇਹਦੇ ਵਿੱਚ ਕੀ ਸੀਗਾ ਕਿ ਆ ਸਸਪੈਂਸ਼ਨ ਪ੍ਰੋਬਲਮ ਸੀ ਗੱਡੀ ਬਹੁਤ ਨੀਚੀ ਸੀ ਅਗੋ ਠੀਕ ਹੈ ਬਟ ਏਜੰਸੀ ਤੋਂ ਕਹਿੰਦੇ ਉਹਨਾਂ ਨੂੰ ਕੋਈ ਅੱਛਾ ਰਿਸਪੌਂਸ ਸੀ ਆ ਕਹੈ ਸਕਦੇ ਹੋ ਤੋਂ ਹੋਇਆ ਨਹੀਂ ਕਿਵੇਂ ਵੀ ਆਪਾਂ ਨੂੰ ਨਹੀਂ ਪਤਾ ਠੀਕ ਹੈ ਉਹ ਮੇਰੇ ਕੋਲ ਆਏ ਤੇ ਅਸੀਂ ਉਹਨਾਂ ਦਾ ਕੰਮ ਕਰ ਰਹੇ ਹਾਂ ਠੀਕ ਹੈ ਹੁਣ ਬਾਈ ਦੇ ਪਿੱਛੇ ਖੜੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕਾਂ ਦੀ ਡਿਮਾਂਡ ਰਹਿੰਦੀ ਹੈ ਮੋਟਰ ਹੋਮ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਇਹ ਐਕਚੁਅਲ ਚ ਮੋਟਰ ਹੋਮ ਹੈ ਹਨਾ ਇਹ ਮੋਟਰ ਹੋਮ ਹੈ ਜੀ ਮਰਸੀਡੀਜ਼ ਤੇ ਆਪਣਾ ਟਾਟਾ ਜਦੋਂ ਕਲੈਬੋਰੇਟਡ ਸੀ ਆ ਮੇਡ ਇਨ ਜਰਮਨ ਵਹੀਕਲ ਹੈ ਬਾਹਰੋਂ ਹੀ ਆਇਆ ਹੋਇਆ ਹੈ ਐਮਬੈਸੀ ਤੋਂ ਆਪਾਂ ਲਿਆ ओके ਤੇ ਇਹਦੇ ਵਿੱਚ ਮੋਟਰੂਮ ਬਣਿਆ ਹੋਇਆ ਸਾਰਾ ਬਟ ਰੀਸਟੋਰ ਹੋਣ ਵਾਲਾ ਰੀਸਟੋਰ ਹੋਣ ਵਾਲਾ ਹੈ ਇਹਦੀ ਬਈ ਕੰਡੀਸ਼ਨ ਦਿਖਾ ਸਕਦੇ ਆ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਲਿਕੇ ਮੇਰਾ ਆਪ ਦਾ ਧਿਆਨ ਸੀ ਭੇ ਲੈਣ ਦਾ ਪਰ ਇੱਥੇ ਲਾਈਕ ਕਾਫੀ ਮੈਨੂੰ ਇਨਵੈਸਟ ਕਰਨੇ ਪੈਣੇ ਥੋੜੇ ਜਿਹੇ ਪੈਸੇ ਪ੍ਰਿੰਸ ਬਾਈ ਤੇ ਕਹਿੰਦਾ ਸੀ ਮੈਂ ਉਦਾਂ ਹੀ ਕਰਕੇ ਭੇਜ ਦਿੰਦਾ ਮੈਂ ਕਹਿੰਦਾ ਨਹੀਂ ਤੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਬਈ ਸਾਰਾ ਇੱਥੇ ਫੈਸਿਲਟੀਆਂ ਵਗੈਰਾ ਹੁੰਦੀਆਂ ਨੇ ਠੀਕ ਹੈ ਇੱਥੇ ਤੁਹਾਨੂੰ ਸਾਰੇ ਇਹਦੇ ਲਾਈਕ ਆਪਣੇ ਵਾਸ਼ ਰੂਮ ਵਗੈਰਾ ਸਿੰਕ ਵਗੈਰਾ ਇੱਥੇ ਮਿਲ ਜੂਗੀ ਠੀਕ ਹੈ ਅੰਦਰ ਇੱਥੇ ਬੈੱਡ ਵਗੈ ਇੱਥੇ ਸਨਰੂਫ ਵਗੈਰਾ ਵਿੱਚ ਹੁੰਦੀ ਹੈ ਠੀਕ ਹੈ ਇੱਥੇ ਬੈੱਡ ਬਣ ਜਾਂਦਾ ਸਾਰਾ ਇਹ ਵੀ ਸੌਣ ਵਾਸਤੇ ਜਗ੍ਹਾ ਬਣ ਜਾਂਦੀ ਹੈ ਠੀਕ ਹੈ ਪਰ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਕੁਝ ਵੀ ਤੁਸੀਂ ਉਹ ਕਰ ਸਕਦੇ ਹੋ ਇਹ ਬਣਿਆ ਹੋਇਆ ਆਲਰੇਡੀ ਠੀਕ ਹੈ ਤੇ ਇਥੋਂ ਇਹਦਾ ਵਾਸ਼ਰੂਮ ਵਗੈਰਾ ਸਾਰਾ ਆ ਜਾਂਦਾ ਹੈ ਠੀਕ ਹੈ ਤੇ ਇਹ ਕਾਫੀ ਫੇਮਸ ਚੀਜ਼ਾਂ ਨੇ ਤੇ ਬਹੁਤ ਹੀ ਘੱਟ ਮਿਲਦੀਆਂ ਨੇ ਇਹ ਪਤਨ ਪ੍ਰਿੰਸ ਬਾਈ ਨੇ ਕਿਵੇਂ ਲੈ ਲਈ ਠੀਕ ਹੈ ਇਹ ਸਾਡਾ ਜੀ ਪਰਸਨਲ ਸੀਗਾ ਕਿ ਇੱਕ 407 ਮਰਸੀਡੀਜ਼ ਦੀ ਵੀ ਹੋਣੀ ਚਾਹੀਦੀ ਹੈ ਆਪਣੇ ਕੋਲੋਂ ਬੀਐਸਐਫ ਦੀ ਵੀ ਗੱਡੀ ਹੈ ਓਕੇ ਏ ਵੀ 407 ਹੈ ਇਹ ਮੇਡ ਇਨ ਇੰਡੀਆ ਹੈ ਇਹ ਵੀ 407 ਹੈ ਮੇਡ ਇਨ ਜਰਮਨੀ ਹੈ ਠੀਕ ਹੈ ਤੇ ਆ ਮਸੜੀ ਜੇ ਚਾਈ ਸੀ ਲੈਫਟ ਹੈਂਡ ਡਰਾਈਵ ਹੈ ਉਹ ਇਹ ਰਾਈਟ ਹੈਂਡ ਡਰਾਈਵ ਹੈ ਇਹ ਤੁਸੀਂ ਦੇਖ ਸਕਦੇ ਹੋ ਬਈ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦਾ ਇਧਰੋਂ ਵੀ ਦਿਖਾ ਦਿੰਦਾ ਆਈ ਥਿੰਕ ਜੇ ਖੁਦ ਲਈ ਤੁਹਾਨੂੰ ਅੰਦਰੋਂ ਹੀ ਦਿਖਾ ਦਿੰਦੇ ਆ ਇਹ ਅੰਦਰ ਇਹਦਾ ਸਾਰਾ ਇੰਟੀਰੀਅਰ ਆ ਕਾਫੀ ਸਾਫ਼ ਹਾਲਤ ਦੇ ਵਿੱਚ ਹੈ ਤੇ ਰਨਿੰਗ ਹੈ ਬਾਈ ਹੈਗੀ ਲਫਟ ਅੱਛਾ ਰਨਿੰਗ ਹੈ ਰਨਿੰਗ ਵਹੀਕਲ ਹੈ ਤੇ ਇਹ ਫॉर ਸੇਲ ਵੀ ਹੋਊਗੀ ਫਿਰ ਤਾਂ ਫੋਰ ਸੇਲ ਹੈ ਫੋਰ ਸੇਲ ਓਕੇ ਠੀਕ ਹੈ ਤੇ ਇਹ ਜਿਹੜਾ ਇਹਦਾ ਕੀ ਬਣਾ ਰਹੇ ਹੋ ਫਿਰ ਇਹ ਜੀ 407 ਹੈ 4/4 ਹੈ ਆਪਾਂ BSF ਦੀ ਆਕਸ਼ਨ ਚ ਲਈ ਸੀ ਓਕੇ ਤੇ ASSEs ਤੇ ਲਈ ਸੀ ਕਿਉਂਕਿ ਉਹ ਦਿਖਾਣਾ ਚਾਹੁੰਦੇ ਸੀ ਆਪਾਂ ਕਸਟਮਰ ਨੂੰ ਕਿ ਮਰਸੀਡੀਜ਼ ਤੇ ਟਾਟਾ ਦਾ ਕਲੈਬੋਰੇਸ਼ਨ ਹੋ ਸੀ ਕਿ ਟਾਟਾ ਦਾ ਪ੍ਰੋਡਕਟ ਹੈ ਇਹ ਰਾਈਟ ਹੈਂਡ ਡਰਾਈਵ ਹੈ ਇਹ ਜਿਪਸੀ ਕਿਸੇ ਦੀ ਕਿ ਆਪਣੀਆਂ ਵੀ ਇਹ ਜੀ 2008 ਮਾਡਲ ਜਿਪਸੀ ਹੈ ਆਪਾਂ ਨੂੰ ਜਿਵੇਂ ਕਸਟਮਰ ਆਪਣੇ ਕੋਲ ਲਾਂਦੇ ਰਹਿੰਦੇ ਨੇ ਰਿਪੀਟ ਜਿਹੜੀ ਚੇਂਜ ਕਰ ਲੈਂਦੇ ਵਹੀਕਲ ਆਪ ਦਾ ਦੇ ਗਏ ਆਪਣੇ ਕੋਲ ਹੀ ਬਣੀ ਹੈ 2018 ਚਾਪਾਈ ਬਣਾਈ ਸੀ ਇਹ ਗੱਡੀ ਠੀਕ ਹੈ ਹੁਣ ਉਹਨਾਂ ਨੇ ਜੋਂਗਾ ਆਪਾਂ ਨੂੰ ਆਰਡਰ ਦੇ ਗਏ ਠੀਕ ਹੈ ਤੇ ਆਪਾਂ ਉਹਨਾਂ ਤੋਂ ਲੈ ਲਈ ਠੀਕ ਹੈ ਇਹ ਅਵੇਲੇਬਲ ਹੈ ਫॉर ਸੇਲ ਹੈ 2008 ਮਾਡਲ ਹੈ ਇੰਜਨ ਕੇ ਪੰਜਾਬ ਨੰਬਰ ਹੈ Ориਜినਲ 4/4 ਪੈਟਰੋਲ ਦੇ ਨਾਲ ਕੇਗਾ 202 ਹੈ ਯੂਰੋ 2 02 ਹੈ ਬਈ ਤੁਸੀਂ ਦੇਖੋ ਕਾਫੀ ਸਾਫ ਹਾਲਤ ਹੈ ਪੇਪਰ ਵਰਕ ਵੀ ਇਹਦਾ ਹੈਗਾ ਅੰਦਰੋਂ ਤੁਸੀਂ ਸਟੀਰੀਂਗ ਵਗੈਰਾ ਵੀ ਦਾ ਦੇਖ ਸਕਦੇ ਹੋ ਥੋੜਾ ਚੇਂਜ ਕੀਤਾ ਹੈ ਉਹ ਦੋਨਾਂ ਨੇ ਤੇ ਕਾਫੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਕੀ ਥੋੜਾ ਪੇਂਟ ਵਰਕ ਇਹਦਾ ਹੋਣ ਵਾਲਾ ਉਹ ਪ੍ਰਿੰਸਪਲ ਤੁਹਾਨੂੰ ਕਰ ਦੂਗਾ ਜਦ ਤੁਸੀਂ ਚਾਹੋਗੇ ਬਿਲਕੁਲ ਕੰਪਲੀਟ ਕਰਕੇ ਦੇਾਂਗੇ ਆਪਾਂ ਗੱਡੀ ਇਹ ਵੀ ਦੇਖ ਸਾਰੇ ਤੁਸੀਂ ਸਾਰੇ ਸਾਰੀ ਤੇ ਦੋਸਤੋ ਇਹ ਸੀਗਾ ਬਾਈ ਦਾ ਸਾਰਾ ਦਾ ਸਾਰਾ ਸਟੂਡੀਓ ਜਿਹੜਾ ਕਿ ਬਾਈ ਨੇ ਤਿਆਰ ਕੀਤਾ ਹੋਇਆ ਬਹੁਤ ਸ਼ੌਂਕ ਨਾਲ ਇਹ ਚੀਜ਼ਾਂ ਬਾਈ ਹੁਣੀ ਕਰਦੇ ਨੇ ਨਾ ਕਿ ਇੱਕ ਬਾਈ profession ਕਰਦੇ ਨੇ ਬਟ ਤੁਸੀਂ ਬਾਈ ਨੂੰ ਬਾਈ profession ਹੁਣ ਬਣਾਤਾ ਕਿਉਂਕਿ ਆਲਮੋਸਟ ਬਹੁਤ ਸਾਰੇ ਜਿਹੜੇ ਜੋੰਗੇ ਨੇ ਬਾਈ ਹੁਣੀ ਵਨ ਟਾਈਮ ਨੇ ਉਹ ਤਿਆਰ ਕਰਕੇ ਤੁਹਾਨੂੰ ਦੇ ਚੁੱਕੇ ਨੇ ਕੁਝ ਨਵੇਂ ਅਪਡੇਟਸ ਜਿਹੜੇ ਆਉਂਦੇ ਰਹਿੰਦੇ ਉਹ ਤੁਸੀਂ ਦਿਖਾਉਂਦੇ ਰਹਿੰਦੇ ਬਾਈ ਜ ਸਕਦੇ ਹਾਂ ਲਾਸਟ ਟਾਈਮ ਇੱਕ ਅਸੀਂ ਵਲੌਗ ਕੀਤਾ ਸੀ ਬਹੁਤ ਵਾਇਰਲ ਹੋਇਆ ਜਿਹੜਾ 510 ਪਹਿਲੀ ਵਾਰੀ ਕਿਸੇ ਨੇ ਇੰਡੀਆ ਦੇ ਵਿੱਚ 510 ਦਿਖਾਏ ਸੀ ਤੇ ਉਹ ਬਾਈ ਹੋਣੀ ਨੇ ਤੇ ਆਪਾਂ ਹੁਣ ਉਹਨੂੰ ਇਹ ਦੱਸੋ ਵੀ ਜੇ ਕਿਸੇ ਨੂੰ ਵੀ ਕੋਈ ਰਿਕੁਆਇਰਮੈਂਟ ਹੋਵੇ ਜਾਂ ਕਿਸੇ ਦੀ ਕੋਈ ਕੰਡੀਸ਼ਨ ਹੋਵੇ ਕਿਸੇ ਨੇ ਬਾਏ ਕਰਨਾ ਕੀ ਕਰਨਾ ਕੀ ਸਿਸਟਮ ਹੈ ਅਗਰ ਕਿਸੇ ਨੂੰ ਰਿਕੁਆਇਰਮੈਂਟ ਹੈ ओरिजिनल ਵਹੀਕਲ ਦੀ ਪਹਿਲੀ ਉਹ ਮੇਰੇ ਕੋਲ ਆਨ ਠੀਕ ਹੈ ਅਗਰ ਉਹ ਕਹਿੰਦੇ ਚੈਸੀ ਜ਼ੋਰ ਹੋਵੇ ਬੋਡੀ ਹੋਵੇ ਉਹ ਆਪਣੇ ਕੋਲ ਕੰਮ ਨਹੀਂ ਹੁੰਦਾ ਠੀਕ ਹੈ ਕੋ ਅਰੀਜਨਲ ਦੇ ਸ਼ੌਕੀਨ ਹੈ ਐਨੀ ਟਾਈਮ ਆਨ ਮੇਰੇ ਕੋਲ ਮੈਂ ਉਹਨਾਂ ਨੂੰ ਦਿਆਂਗਾ ਠੀਕ ਹੈ ਭਈ ਇਹ ਚੀਜ਼ ਬਾਈ ਤੁਸੀਂ ਧਿਆਨ ਰੱਖ ਲਿਓ ਠੀਕ ਹੈ ਤੇ ਜੇ ਕਿਸੇ ਨੂੰ ਆਰਡਰ ਦੇਣਾ ਹੈ ਜਾਂ ਕਿਸੇ ਨੂੰ ਦੇਣਾ ਉਹ ਕੀ ਸਿਸਟਮ ਹੈ ਤੁਹਾਡਾ ਕੋਈ ਵੀ ਜੋ ਵੀ ਆਪਦੀ ਰਿਕੁਆਇਰਮੈਂਟ ਲੈ ਕੇ ਆਪਣੇ ਕੋਲ ਆਂਦੇ ਆਪਾਂ 50% ਉਹਨਾਂ ਤੋਂ ਚਾਰਜ ਕਰਦੇ ਹਾਂ ਬਾਕੀ ਆਰਡਰ ਕੰਪਲੀਟ ਹੋਣ ਤੋਂ ਬਾਅਦ ਬਾਅਦ ਦੇਖਾਂਗੇ ਠੀਕ ਹੈ ਕੋਈ ਵੀ ਤੁਸੀਂ ਟਰੱਕ ਜਾਂ 4x4 ਜਾਂ ਕੋਈ ਵਿਨਟੇਜ ਚੀਜ਼ ਤਿਆਰ ਕਰਾਉਣੀ ਹੈ ਤੁਸੀਂ ਉਸ ਦੇ ਲਈ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਭਾਈ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਨੇ ਹੈ ਜਿਹੜਾ ਨੰਬਰ ਸਲੇ ਚੱਲ ਰਿਹਾ ਜਾਂ ਮੈਸੇਜ ਜਾਂ ਉਹ ਵਿ ਦੇਖੋ ਵਿਜ਼ਿਟ ਤਾਂ ਮੰਡੇ ਤੋਂ ਸੈਟਰਡੇ ਅਸੀਂ ਅਵੇਲੇਬਲ ਰਹਿੰਦੇ ਆ ਠੀਕ ਹੈ ਤੇ ਸਵੇਰ 11 ਤੋਂ ਸ਼ਾਮੀ 6 ਵਜੇ ਤੱਕ ਮੈਂ ਕਾਲਸ ਲੈ ਲੈਣੇ ਠੀਕ ਹੈ WhatsApp ਤੇ ਬਾਈ ਕਾਲ ਜਿਹੜੀ ਇਸੇ ਨੰਬਰ ਤੇ ਚੱਲ ਜਿਹੜਾ ਤੁਹਾਡਾ ਨੰਬਰ ਸ਼ੋ ਹੋਣ ਦੇ ਨੇ ਜਿਆਦਾ ਅਪਡੇਟਸ ਲਈ ਬਾਈ ਤੁਸੀਂ ਉਹਨਾਂ ਦੇ Instagram ਤੇ ਫੋਲੋ ਕਰ ਲਿਓ Facebook ਤੇ ਫੋਲੋ ਕਰ ਲਿਓ ਉੱਥੇ ਬਾਈ ਹੋਣੀ ਅਪਡੇਟਸ ਆਪਣੇ ਪਹੁੰਚ ਰਹੇ ਨੇ ਕਿਉਂਕਿ ਮੈਂ ਅਬੋਹਰ ਆਉਣਾ ਬਹੁਤ ਔਖਾ ਹੈ ਪਰ ਫਿਰ ਵੀ ਜਦੋਂ ਸਾਨੂੰ ਮੌਕਾ ਮਿਲਦਾ ਸੀ ਜਦੋਂ ਉਹਨੇ ਅੱਜ ਵੀ ਅਸੀਂ ਲੱਗ ਕੇ ਆਏ ਸੀ ਤੇ ਮੈਂ ਕਿਹਾ ਬਾਈ ਅਸੀਂ ਬਣਾਉਨੇ ਆ ਬਾਈ ਨੂੰ 2 ਘੰਟੇ ਦਿੱਤੇ ਪ੍ਰੇਪੇਅਰ ਹੋਣ ਵਾਸਤੇ ਕਿ ਤੁਸੀਂ ਥੋੜਾ ਜਿਆਨ ਨੂੰ ਸੈਟਿੰਗ ਕਰ ਲਓ ਕਿਉਂਕਿ ਗਰਾਜਾਂ ਚ ਖਲਾਰਾ ਬਹੁਤ ਪਿਆ ਹੁੰਦਾ ਇਸ ਕਰਕੇ ਉਹ ਚੀਜ਼ਾਂ ਬਹੁਤ ਵਧੀਆ ਲੱਗਿਆ ਪ੍ਰਿੰਸ ਬਾਈ ਕਿ ਤੁਹਾ ਇਨ ਕਾਲ ਕਰ ਲਿਓ ਤੇ ਮੈਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਥੱਲੇ ਸਬਸਕ੍ਰਾਈਬ ਕਰਕੇ ਜੇ ਬੰਦੇ ਨਹੀਂ ਕੀਤਾ ਹੋਇਆ ਮੈਂ ਇਦਾਂ ਦੇ ਬਹੁਤ ਸਾਰੇ ਅਪਡੇਟਸ ਪਾਉਂਦਾ ਰਹਿਣਾ ਤੇ ਤੁਸੀਂ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਲਈ ਵੀ ਨਵੇਂ ਕੀ ਆਨਲਾਈਨ ਚੀਜ਼ਾਂ ਨੇ ਕਿਉਂਕਿ ਵਲੌਗ 2-4 ਦਿਨ 10 ਦਿਨ ਲੇਟ ਪੈਂਦਾ ਤੇ ਮੈਨੂੰ ਇਹ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤੇ ਬਈ ਸ਼ੇਅਰ ਕਰ ਦਿਓ ਤੇ ਮਿਲਦੇ ਆ ਹੋਰ ਇਹਦੇ ਨਾਲ ਨਵੇਂ ਵਲੌਗਸ ਲੈ ਕੇ ਬਾ ਬਾਏ